जस टीवी देख रहे हो तुसीं, मैं केपी सिंह तुहाडा स्वागत करदा हां। पंजाब दे विच लोक सभा चोणां दे नतीजिआं तों बाद नवीआं गुंजां शुरू हो गईआं, सियासी गुंजां। इन्हां सियासी गुंजां दे विचाले कोई कहिंदा कि साडा वोट फीसद वध गिआ हैगा, कोई कहिंदा कि सानूं अग्गे तों ज़्यादा फायदा मिलिआ, कोई कहिंदा साडी वापसी हो रही है। इन्हां विच आम आदमी पार्टी बहुते दावे नहीं कर सकदी। आम आदमी पार्टी कह रही है कि असीं इक सीट 'ते आ गए, सानूं इहदे संतोष हैगा। जिहड़ा PDA ਸੀਗਾ, ਪੰਜਾਬ ਡੈਮੋਕ੍ਰੈਟਿਕ ਅਲਾਇੰਸ, ਉਹਨਾਂ ਨੂੰ ਕੀ ਮਿਲਿਆ ਹੈਗਾ, ਸਵਾਲ ਇਹ ਵੀ ਹੈਗਾ। ਅਤੇ ਅਕਾਲੀ ਦਲ ਜਿਹੜੇ ਦਾਅਵੇ ਕਰਦਾ ਹੈਗਾ ਕਿ ਅਸੀਂ ਪਿਛਲੀ ਵਾਰ ਨਾਲੋਂ ਸੁਧਾਰ ਕੀਤਾ ਹੈਗਾ, ਵੋਟ ਫੀਸ ਸਾਡਾ ਵਧਿਆ ਹੈਗਾ, ਪਰ ਸੀਟਾਂ 2 ਰਹਿ ਗਈਆਂ ਹੈਗੀਆਂ। ਕਾਂਗਰਸ ਦੀ ਸੀਟਾਂ 8 ਹੋ ਗਈਆਂ, ਇਸ 'ਤੇ ਵੀ ਸਵਾਲ ਹੈਗੇ ਆ। ਕਾਂਗਰਸ ਦਾ ਕੋਈ ਨੁਮਾਇੰਦਾ 1 ਮਹੀਨੇ ਲਈ ਨਹੀਂ ਡਿਬੇਟ ਵਿੱਚ ਆਵੇਗਾ, ਅੱਜ ਵੀ ਨਹੀਂ ਹੋਵੇਗਾ, ਪਰ ਇਸ ਸਭ ਦੇ ਵਿਚਾਲੇ ਸਵਾਲ ਇਹ ਹੋਵੇਗਾ ਕਿ ਖੇਤਰੀ ਪਾਰਟੀਆਂ ਲਈ ਪੰਜਾਬ ਕੀ ਕਹਿੰਦਾ ਪਿਆ ਹੈਗਾ, ਕੀ ਤੀਜੇ ਬਦਲ ਲਈ ਪੰਜਾਬ ਦੇ ਵਿੱਚ ਮੌਕਾ ਅਜੇ ਬਾਕੀ ਹੈ ਜਾਂ ਨਹੀਂ ਹੈ, ਸਵਾਲ ਇੱਕੋ ਪੁੱਛਾਂਗੇ। ਪੰਜਾਬ ਲਈ ਨਤੀਜਿਆਂ ਦਾ ਨਿਚੋੜ ਹੈ ਕੀ? ਚੋਣ ਨਤੀਜੇ 'ਤੇ ਪੰਜਾਬ ਅੱਜ ਬਹਿਸ ਇਸ ਲਈ ਕਰ ਰਹੇ ਹਾਂ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਖੇਤਰੀ ਧਿਰਾਂ ਲਈ ਖਤਰੇ ਦੀ ਘੰਟੀ ਵੱਜ ਚੁੱਕੀ ਹੈ। ਲੋਕ ਸਭਾ ਚੋਣਾਂ 2017 ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਫੀਸ ਵਧਿਆ, ਪਰ 2014 ਦੀ 4 ਦੇ ਮੁਕਾਬਲੇ ਐਲਕੀ 2 ਹੀ ਸੀਟਾਂ 'ਤੇ ਜਿੱਤਿਆ ਅਕਾਲੀ ਦਲ। ਕਾਂਗਰਸ ਨੂੰ ਫਾਇਦਾ ਹੋਇਆ 2014 ਦੇ ਮੁਕਾਬਲੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀਆਂ ਸੀਟਾਂ ਵਧੀਆਂ, ਅਤੇ ਪਰ 77 ਵਿਧਾਨ ਸਭਾ ਹਲਕਿਆਂ ਦੇ ਮੁਕਾਬਲੇ 69 ਹਲਕਿਆਂ ਵਿੱਚ ਅੱਗੇ ਰਹੀ ਹੈ ਕਾਂਗਰਸ। ਆਪ ਦੇ ਵੋਟ ਫੀਸਦ ਦੇ ਵਿੱਚ ਵੱਡਾ ਨਗਾਰ ਆਇਆ, 7.38 ਫੀਸਦ ਵੋਟਾਂ ਮਿਲੀਆਂ 2014 ਦੀਆਂ 4 ਸੀਟਾਂ ਦੇ ਮੁਕਾਬਲੇ, ਹੁਣ ਸਿਰਫ ਇੱਕ ਸੀਟ 'ਤੇ ਮਿਲੀ ਹੈ ਜਿੱਤ। ਲੋਕ ਸਭਾ ਇਨਸਾਫ ਪਾਰਟੀ ਦਾ ਵੋਟ ਫੀਸਦ ਵਧਿਆ, 3.43 ਫੀਸਦ ਵੋਟਾਂ ਮਿਲੀਆਂ, ਕਿਉਂਕਿ ਇਹ 2017 ਵਿੱਚ ਵੀ ਲੜੀ ਸੀ ਪਾਰਟੀ। ਸਵਾਲ ਇੱਕੋ ਪੁੱਛਾਂਗੇ, ਵੱਡਾ ਸਵਾਲ ਇਹ ਪੁੱਛਿਆ ਜਾਵੇਗਾ, ਲੋਕ ਸਭਾ ਚੋਣਾਂ ਦੇ ਚੋਣ ਨਤੀਜਿਆਂ ਨੇ ਪੰਜਾਬ ਦੀਆਂ ਸਿਆਸੀ ਧਿਰਾਂ ਨੂੰ ਕਿਹੜਾ ਸ਼ੀਸ਼ਾ ਦਿਖਾਇਆ, ਇਸ ਸ਼ੀਸ਼ੇ 'ਤੇ ਗੱਲ ਕਰਨੀ ਆ। ਅਤੇ ਖਾਸ ਪੈਨਲ ਸਾਡੇ ਨਾਲ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਪ੍ਰੋਫੈਸਰ ਮਨਜੀਤ ਸਿੰਘ, ਪੋਲੀਟੀਕਲ ਐਨਲਿਸਟ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ। ਪ੍ਰੋਫੈਸਰ ਤੁਹਾਡਾ ਬਹੁਤ ਸਵਾਗਤ ਹੈ। ਅਮਰਜੀਤ ਸਿੰਘ ਧਾਰਨੀ, ਸ਼੍ਰੋਮਣੀ ਅਕਾਲੀ ਦਲ ਬੁਲਾਰੇ ਧਾਰਨੀ ਸਾਹਿਬ, ਤੁਹਾਡਾ ਬਹੁਤ ਸਵਾਗਤ ਹੈ। ਜਗਤਾਰ ਸਿੰਘ ਸੰਘੇੜਾ, ਆਮ ਆਦਮੀ ਪਾਰਟੀ ਦੇ ਬੁਲਾਰੇ ਆ, ਸੰਘੇੜਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਬੂਟਾ ਸਿੰਘ ਬਰਾਗੀ, ਪੰਜਾਬ ਏਕਤਾ ਪਾਰਟੀ ਦੇ ਬੁਲਾਰੇ ਆ, ਬਰਾਗੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਤੇ ਕਰਨੈਲ ਸਿੰਘ ਪੀਰ ਮੁਹੰਮਦ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਆ, ਪੀਰ ਮੁਹੰਮਦ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਹਾਲਾਂਕਿ ਇਹਨਾਂ ਦਾ ਅਲਾਇੰਸ ਸੀਗਾ, ਪਰ ਇਹਨਾਂ ਦੀ ਵੱਖ ਵੱਖ ਜਿਹੜੀ ਪਰਛਾਵਾਂ ਹੈਗਾ, ਸਿਆਸੀ ਪਰਛਾਵਾਂ, ਉਸ 'ਤੇ ਜ਼ਿਕਰ ਕਰਨਾ ਪੈਂਦਾ ਹੈਗਾ। ਸਵਾਲ ਸਭ ਤੋਂ ਪਹਿਲਾਂ ਧਾਰਨੀ ਸਾਹਿਬ ਤੁਹਾਨੂੰ ਪੁੱਛੂੰਗਾ। ਧਾਰਨੀ ਸਾਹਿਬ, ਤੁਸੀਂ ਕਿਉਂ ਇੰਨਾ ਖੁਸ਼ੀ ਮਨਾ ਰਹੇ ਹੋ ਵੀ ਤੁਹਾਡਾ ਵੋਟ ਫੀਸ ਬਹੁਤ ਵੱਧ ਗਿਆ? ਬਿਲਕੁਲ, ਵੋਟ ਪਰਸੈਂਟੇਜ ਜਿਹੜਾ ਹੈਗਾ ਪਿਛਲੇ ਵਾਰੀ ਨਾਲੋਂ ਵਧਿਆ ਹੈਗਾ। ਜਿੰਨਾ ਪਿਛਲੀ ਵਾਰ ਕੂੜ ਪ੍ਰਚਾਰ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ, ਚਾਹੇ ਕਾਂਗਰਸ ਸੀ, ਚਾਹੇ ਕਾਂਗਰਸ ਦੀ ਬੀ ਟੀਮ ਸੀ, ਚਾਹੇ ਸੀ ਟੀਮ ਸੀ, ਚਾਹੇ ਡੀ ਟੀਮ ਸੀ, ਉਹ ਤਾਂ ਹੁਣ ਸਾਰੀਆਂ ਸਾਫ਼ ਤੌਰ 2012 ਵਾਲਾ ਵੋਟ ਫੀਸ ਨਹੀਂ ਆਇਆ ਤੁਹਾਡਾ ਹਜੇ? ਹਾਂਜੀ, 2012 ਵਾਲਾ ਵੋਟ ਫੀਸ ਨਹੀਂ ਆਇਆ, ਪਤਾ ਨਹੀਂ ਕਿਉਂ ਬਿਲਕੁਲ ਨਹੀਂ ਆਇਆ ਹੈਗਾ। ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਉਹਦੇ 'ਚ ਥੋੜ੍ਹਾ ਜਿਹਾ ਹਾਲੇ ਕਮੀ ਹੈਗੀ ਹੈ, ਪਰ ਪਿਛਲੀ ਵਾਰ ਨਾਲੋਂ ਫਿਰ ਵੀ ਜਿਹੜਾ ਹੈਗਾ ਕਾਫੀ ਸੁਧਾਰ ਹੋਇਆ। ਔਰ ਲੋਕਾਂ ਦੇ ਵਿੱਚ ਜਿਹੜੀ ਇੰਨੀ ਜ਼ਿਆਦਾ ਇਹਨਾਂ ਨੇ ਭਰਮ ਭੁਲੇਖੇ ਪਾਏ ਹੋਏ ਸੀ, ਉਹ ਹੌਲੀ 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 ਦੂਰ ਹੋ ਰਹੇ ਨੇ। ਦੋ ਸੀਟਾਂ ਜਿੱਤ ਕੇ ਤੁਹਾਨੂੰ ਲੱਗਦਾ ਕਿ ਦਾਗ ਸਾਰੇ ਲੈ ਗਏ? ਨਹੀਂ, ਬਿਲਕੁਲ ਨਹੀਂ, ਪੰਜਾਬ ਵਾਪਸ ਆ ਗਿਆ, ਪੰਜਾਬੀ ਤੁਹਾਨੂੰ ਪਸੰਦ ਕਰਨ ਲੱਗ ਪਏ, ਕਿਉਂ ਲੱਗਦਾ ਪਿਆ ਤੁਹਾਨੂੰ? ਦੇਖੋ, ਗੱਲ ਇਹ ਆ, ਅਸੀਂ 2 ਸੀਟਾਂ ਜਿੱਤ ਕੇ ਦਾਗ ਲਾਉਣ ਦੀ ਗੱਲ ਨਹੀਂ ਕਰ ਰਹੇ। ਜਿੰਨਾ ਕੂੜ ਪ੍ਰਚਾਰ ਹੈ ਕਿ ਜਿੰਨਾ ਪਿੱਛੇ ਤੁਸੀਂ ਸਿੱਟ ਦਾ ਹਾਲ ਦੇਖਿਆ, ਹੁਣ ਵੀ ਤੁਸੀਂ ਸਿੱਟ ਦਾ ਹਾਲ ਦੇਖ ਰਹੇ ਹਾਂ, ਜੋ ਉਹਨਾਂ ਨੇ ਲੋਕਾਂ ਦੇ ਵਿੱਚ ਇੱਕ ਐਸਾ ਅਕਸ਼ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਬਣਾਤਾ ਸੀ, ਜਿਹੜਾ ਹੌਲੀ ਹੌਲੀ ਜਿਹੜਾ ਲੋਕਾਂ ਨੂੰ ਪਤਾ ਲੱਗ ਰਿਹਾ, ਉਹ ਤੋਂ ਬਾਅਦ ਜਿਹੜਾ ਹੈਗਾ ਲੋਕਾਂ ਦੇ ਵਿੱਚ, ਮੈਨੂੰ ਇਹ ਲੱਗਦਾ ਵੀ ਕਿ 2022 ਤੱਕ ਦੀਆਂ ਇਲੈਕਸ਼ਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੈਗਾ ਜਿਹੜਾ ਉਹ ਸਰਕਾਰ ਬਣਾਊਗਾ ਔਰ ਪੰਜਾਬ ਦੇ ਵਿੱਚ ਮੁੜ ਕੇ ਉੱਭਰ ਕੇ ਆਊ। ਤੁਸੀਂ ਪਤਾ ਨਹੀਂ ਅੰਕੜਿਆਂ ਦੀ ਖੇਡ ਨੂੰ ਸਮਝਣਾ ਚਾਹੁੰਦੇ, ਪਤਾ ਨਹੀਂ ਅੰਕੜਿਆਂ ਦੀ ਖੇਡ ਦੇ ਨਾਲ ਤੁਸੀਂ ਲੋਕਾਂ ਦੇ ਵਿੱਚ ਇੱਕ ਭਰਮ ਭੁਲੇਖਾ ਪਾਉਣਾ ਚਾਹੁੰਦੇ ਹੋ। ਧਾਰਨੀ ਸਾਹਿਬ, ਪਿੰਡਾਂ ਵਿੱਚ ਤੁਹਾਡਾ ਵੋਟ ਫੀਸ ਘਟਦਾ ਜਾ ਰਿਹਾ ਹੈਗਾ, ਅਤੇ ਜਿਹੜਾ ਸ਼ਹਿਰੀ ਵੋਟ ਬੈਂਕ ਹੈਗਾ ਜਿਹੜਾ ਮੋਦੀ ਸਾਹਿਬ ਵੱਲ ਨੂੰ ਜਾਂਦਾ ਹੈਗਾ, ਉਹ ਤੁਹਾਡੇ ਵੱਲ ਥੋੜ੍ਹਾ ਸ਼ਿਫਟ ਹੁੰਦਾ ਨਜ਼ਰ ਆ ਰਿਹਾ। ਇਹਦਾ ਮਤਲਬ ਹੈ ਕਿ ਹਿੰਦੂ ਸਿੱਖ ਹੈ ਜਿਹੜਾ, ਹਿੰਦੂ ਸਿੱਖ ਦਾ ਜਿਹੜਾ ਧਰੁਵੀਕਰਨ ਹੈਗਾ, ਉਸ ਦੇ ਵਿੱਚ BJP ਨੂੰ ਕਾਮਯਾਬੀ ਮਿਲ ਰਹੀ ਹੈ। ਧਾਰਨੀ ਸਾਹਿਬ, ਵੈਸੇ ਮੈਂ ਕਦੇ ਵੀ ਜਾਤ ਪਾਤ ਵਾਲੀ ਡਿਬੇਟ ਨਹੀਂ ਕਰਨਾ ਚਾਹੁੰਦਾ, ਪਰ ਇਹ ਚੋਣ ਨਤੀਜਿਆਂ ਦੇ ਵਿੱਚ ਸਾਬਤ ਹੋ ਰਿਹਾ। ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਦੇਖੋ, ਜਿਹੜਾ ਮੇਨ, ਫਿਰ ਮੈਂ ਉਹੀ ਗੱਲ ਕਰੂੰਗਾ ਕਿ ਜਿਹੜਾ, ਕਿਉਂਕਿ ਜ਼ਿਆਦਾ ਜਿਹੜੀ ਸਿੱਖ ਸੰਗਤ ਹੈਗੀ ਆ ਉਹ ਪਿੰਡਾਂ ਦੇ ਵਿੱਚ ਹੀ ਵੱਸਦੀ ਹੈਗੀ ਆ, ਔਰ ਪਿੰਡਾਂ ਦੇ ਵਿੱਚ ਇਹਨਾਂ ਨੇ ਇਹ ਜਿਹੜਾ ਭੁਲੇਖਾ ਪਾਲ ਰੱਖਿਆ ਸੀ ਉਸ ਦਾ ਇਫੈਕਟ ਹੋਇਆ, ਜਿਹੜੇ ਨੂੰ ਅਸੀਂ ਜਿਹੜਾ ਹੈਗਾ ਲੋਕਾਂ ਦੇ ਵਿੱਚ ਜਾ ਕੇ ਅਸੀਂ ਦੂਰ ਪਿੰਡਾਂ ਵਿੱਚ ਨੁਕਸਾਨ ਹੋਇਆ ਨਾ ਤੁਹਾਨੂੰ? ਹੋਇਆ ਕੁਝ ਹੱਦ ਤੱਕ, ਐਡਮਿਟ ਤਾਂ ਕਰੋ ਨਾ, ਕੁਝ ਤੁਸੀਂ ਐਡਮਿਟ ਹੀ ਕਰਦੇ ਨਾ, ਹੋਇਆ ਕੁਝ ਹੱਦ ਤੱਕ, ਮੰਨਣਾ ਤਾਂ ਪਊਗਾ ਨਾ, ਸਭ ਕੁਝ ਅੰਕੜੇ ਸਾਰਿਆਂ ਸਾਹਮਣੇ ਹੈਗੇ ਆ। ਸੰਘੇੜਾ ਸਾਹਿਬ, ਤੁਹਾਡੇ ਤੋਂ ਕੀ ਸਵਾਲ ਕੀਤਾ ਜਾਵੇ? ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਬਹੁਤ ਖਰਾਬ ਹੁੰਦਾ ਜਾ ਰਿਹਾ, ਸਿਰਫ 7.38 ਵੋਟ ਫੀਸਦ ਤੁਹਾਡਾ ਰਹਿ ਗਿਆ 2019 'ਚ, ਜਿਹੜਾ ਕਿ 2014 ਵਿੱਚ ਤੁਹਾਨੂੰ ਬਹੁਤ ਸੀ, 2017 ਵਿੱਚ ਵੀ ਅੱਛਾ ਸੀ ਤੁਹਾਡਾ ਪ੍ਰਦਰਸ਼ਨ। ਜਿਹੜੇ ਹਾਲਾਤ ਸੀਗੇ, ਜਿਸ ਤਰ੍ਹਾਂ ਦੇ ਹਾਲਾਤ ਬਣ ਗਏ,
ਤੇ ਓਵਰਆਲ ਜੋ ਕੁਝ ਸਿਨੈਰੀਓ ਸੀਗਾ ਉਹਦੇ ਵਿੱਚ ਇਹ ਜਿਹੜਾ ਪ੍ਰਦਰਸ਼ਨ ਹੈ ਇਹ ਬਾਟਮ ਦਾ ਆਇਆ, ਇਸ ਤੋਂ ਉੱਪਰ ਨਹੀਂ ਜਾਣਾ ਹੈ ਅਸੀਂ। ਵੀ ਆਰ ਐਟ ਦਾ ਬਾਟਮ ਐਟ ਦਿਸ ਸਟੇਜ ਆਫ ਟਾਈਮ, ਮਤਲਬ ਇਸ ਤੋਂ ਉੱਪਰ ਨੂੰ ਹੀ ਜਾਵਾਂਗੇ ਅਸੀਂ। ਨੁਕਸਾਨ ਸਾਡਾ ਬਹੁਤ ਹੋਇਆ ਕਈ ਗੱਲਾਂ ਕਰਕੇ, ਦੇਅਰ ਆਰ ਡਿਫਰੈਂਟ ਫੈਕਟਰਸ, ਬਟ ਅਸੀਂ ਫਿਰ ਵੀ ਸਾਰਿਆਂ ਨੂੰ ਕੰਸੋਲੀਡੇਟ ਕਰਕੇ ਆਪਣੀ ਰਣਨੀਤੀ ਘੜਾਂਗੇ। ਦੁਬਾਰਾ ਪਾਰਟੀ ਲਈ ਤਾਂ ਆਜੂਗੇ? ਨਹੀਂ, ਪਾਰਟੀ ਲਈ ਤਾਂ ਹੀ ਆ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਭਗਵੰਤ ਮਾਨ ਜੀ ਨੇ ਦੇਖੋ ਕਿੰਨਾ ਵਧੀਆ ਪ੍ਰਦਰਸ਼ਨ ਕੀਤਾ ਆ, ਔਰ ਲੋਕਾਂ ਦਾ ਉੱਥੇ ਕਿੰਨਾ ਵਧੀਆ ਹੁੰਗਾਰਾ ਮਿਲਿਆ ਆ, ਬਾਵਜੂਦ ਇਸ ਗੱਲ ਦੇ ਵੀ ਕੱਲੇ ਭਗਵੰਤ ਮਾਨ ਆਮ ਆਦਮੀ ਪਾਰਟੀ ਆ। ਨਹੀਂ, ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ, ਤੁਸੀਂ ਕੇ ਪੀ ਸਿੰਘ ਜੀ? ਨਹੀਂ ਨਹੀਂ, ਸਵਾਲ ਇਹ ਆ ਸੰਗੇੜਾ ਸਾਹਿਬ, ਜਿਹੜਾ ਸਵਾਲ ਮੈਂ ਪ੍ਰੋਫੈਸਰ ਮਨਜੀਤ ਸਿੰਘ ਨੂੰ ਪੁੱਛਣਾ, ਮੈਂ ਤੁਹਾਨੂੰ ਪੁੱਛ ਲੈਣਾ। ਹਾਂਜੀ, ਇੱਥੇ ਅਕਾਲੀ ਦਲ ਕਹਿੰਦੇ ਹਾਰ ਗਿਆ, ਬਾਦਲ ਜਿੱਤ ਗਏ, ਇੱਥੇ ਆਮ ਆਦਮੀ ਪਾਰਟੀ ਹਾਰ ਗਈ, ਕਹਿੰਦੇ ਭਗਵੰਤ ਮਾਨ ਜਿੱਤ ਗਿਆ। ਅਕਾਲੀ ਦਲ ਉੱਥੇ ਬੀਜੇਪੀ ਕਹਿੰਦੇ ਹਾਰ ਗਈ, ਮੋਦੀ ਸਾਹਿਬ ਜਿੱਤ ਗਏ। ਮੈਨੂੰ ਸਵਾਲ ਦਾ ਜਵਾਬ ਨਹੀਂ। ਦੇਖੋ, ਬੀਜੇਪੀ ਨੇ ਤਾਂ ਪ੍ਰਚਾਰ ਹੀ, ਬੀਜੇਪੀ ਦਾ ਨਾਂ ਹੀ ਨਹੀਂ ਲਿਆ ਕਿਸੇ ਨੇ, ਉੱਥੇ ਤਾਂ ਪ੍ਰਚਾਰ ਹੀ ਮੋਦੀ ਔਰ ਨੋ ਮੋਦੀ ਵਾਲੀ ਗੱਲਬਾਤ ਹੋਈ ਹੈ। ਔਰ ਜਿਹੜਾ ਧਾਰਨੀ ਸਾਹਿਬ ਵੀ ਕਹੀ ਜਾਂਦੇ, ਪ੍ਰਚਾਰ ਕੱਲੀ ਕੱਲੀ ਗੱਲ ਤੇ ਜਿੱਦਣ ਮਰਜ਼ੀ ਮੇਰੇ ਨਾਲ ਬਹਿਸ ਕਰ ਲੈਣ, ਉਹ ਮੁੱਦੇ ਅੱਜ ਵੀ ਖੜੇ ਆ, ਸਾਰਾ ਕੁਝ ਹੀ ਦੋਸ਼ ਅਕਾਲੀ ਦਲ ਤੇ ਲੱਗਦਾ, ਤਾਂ ਹੀ ਇਹ ਰੁਲੇ ਪਏ ਆ। ਪਾਰਟੀਆਂ ਦਾ ਵਜੂਦ, ਪਾਰਟੀਆਂ ਦਾ ਵਜੂਦ ਹਜੇ ਬਾਕੀ ਹੈਗਾ ਕਿ ਚਿਹਰੇ ਸਿਆਸਤ ਤੇ ਭਾਰੀ ਹੋ ਗਿਆ? ਪਾਰਟੀਆਂ ਦਾ ਵਜੂਦ ਬਾਕੀ ਹੈਗਾ? ਪਾਰਟੀਆਂ ਦਾ ਵਜੂਦ ਤਾਂ ਹੈਗਾ ਹੀ ਆ, ਬਾਕੀ ਚਿਹਰੇ ਗੱਲ ਐ ਕਿ ਵੋਟਾਂ ਜਿਹੜੀਆਂ ਪਈਆਂ, ਚਿਹਰੇ ਨਾਲ ਪੀਐਮ ਨੂੰ ਵੋਟ ਪਈ ਆ, ਕਿ ਪ੍ਰਾਈਮ ਮਿਨਿਸਟਰ ਦੀ ਚੋਣ ਨੂੰ ਵੋਟ ਪਈ ਆ, ਨਾ ਕਿ ਮੈਂਬਰ ਪਾਰਲੀਮੈਂਟ ਦੀ ਚੋਣ ਨੂੰ ਵੋਟ ਪਈ ਆ। ਤੇ ਬਾਕੀ ਆ ਧਾਰਨੀ ਸਾਹਿਬ ਦੀ ਮੈਂ ਗੱਲ ਜ਼ਰੂਰ ਕਰਨੀ ਚਾਹੁੰਦਾ, ਧਾਰਨੀ ਸਾਹਿਬ ਕੂੜ ਪ੍ਰਚਾਰ ਨਹੀਂ ਹੈ, ਉਹ ਸੱਚਾਈ ਹੈ। ਤਾਂ ਹੀ ਇਸੇ ਕਰਕੇ ਬਾਵਜੂਦ ਜ਼ੋਰ ਬਾਰ ਬਾਰ ਲਾਉਣ ਦੇ ਅਕਾਲੀ ਦਲ ਉੱਠ ਨਹੀਂ ਪਾਇਆ। ਉਹ ਤੁਹਾਡੇ ਗੱਲ ਜਿਹੜੀ ਗੱਲ ਪਈ ਹੋਈ ਹੈ ਨਾ, ਜਿਹੜੀ ਤੁਸੀਂ ਬਹੁਤ ਬੱਜਰ ਗਲਤੀ ਕੀਤੀ ਹੈ, ਨਾ ਇਨਸਾਫ ਦੇ ਕੇ ਬਹਿਬਲ ਕਲਾਂ ਗੋਲੀਕਾਂਡ ਵਿੱਚ ਜਾਂ ਬੇਆਦਮੀ ਦੇ ਮੁੱਦੇ ਨਾ ਹੱਲ ਕਰਕੇ, ਉਹਨੇ ਤੁਹਾਡਾ ਪਿੱਛਾ ਨਹੀਂ ਛੱਡਣਾ। ਮੈਂ ਨਹੀਂ, ਉਹ ਠੀਕ ਹੈ ਸੰਗੇੜਾ ਸਾਹਿਬ, ਪਰ ਤੁਹਾਨੂੰ ਆਦੀ ਪਾਰਟੀ ਦਾ ਪੜਚੋਲ ਕਰਨਾ ਚਾਹੀਦੀ ਤੁਹਾਡੀ ਪਾਰਟੀ। ਬੁੱਢਾ ਸਿੰਘ ਰਾਖੀ, ਤੁਹਾਨੂੰ ਉਮੀਦ ਸੀ ਵੀ ਪੰਜਾਬ ਦੇ ਵਿੱਚ ਤੁਹਾਨੂੰ ਇਹੀ ਕੁਛ ਮਿਲੂਗਾ, ਜਾਂ ਉਮੀਦ ਤੋਂ ਘੱਟ ਮਿਲਿਆ? ਨਹੀਂ, ਦੇਖੋ ਕੇਪੀ ਸਿੰਘ ਜੀ, ਨਿਰਾਸ਼ ਨਹੀਂ ਅਸੀਂ ਬਈ, ਸਾਡੇ ਜਿਹੜੀ ਪਰਫਾਰਮੈਂਸ ਰਹੀ ਆ, ਅਸੀਂ ਬਾਲੇ ਖੁਸ਼ ਵੀ ਨਹੀਂ, ਸੰਤੁਸ਼ਟ ਵੀ ਨਹੀਂਗੇ। ਪਰ ਜਿੱਥੋਂ ਤੱਕ ਉਮੀਦ ਦੀ ਗੱਲ ਆ, ਐਕਸਪੈਕਟੇਸ਼ਨ ਤਾਂ ਹਮੇਸ਼ਾ ਹੀ ਹਰੇਕ ਪੋਲੀਟੀਕਲ ਦੀਆਂ, ਇੰਡੀਵਿਜੂਅਲ ਦੀਆਂ, ਕਿਸੇ ਵੀ ਹਲਕੇ ਦੇ ਵਿੱਚ ਵੋਟ ਫੀਸਦ, ਮੈਂ 100% ਸਹਿਮਤ ਆ। ਪਰ ਕੇਪੀ ਸਿੰਘ ਜੀ, ਅਸੀਂ ਜ਼ੀਰੋ ਤੋਂ ਸਟਾਰਟ ਕੀਤਾ। ਨਹੀਂ, ਸੁਖਪਾਲ ਸਿੰਘ ਖਹਿਰਾ ਨੂੰ ਜੋ ਮਿਲਿਆ, ਮੈਂ ਪਾਰਟੀ ਪ੍ਰਧਾਨ ਦੀ ਗੱਲ ਕਰਦਾ, ਸੁਖਪਾਲ ਸਿੰਘ ਖਹਿਰਾ ਨੂੰ ਜੋ ਮਿਲਿਆ ਉਹ ਸਭ ਤੋਂ ਜ਼ਿਆਦਾ ਨਿਰਾਸ਼ਾ ਪਾਰਟੀ ਦੇ ਲਈ। ਬਿਲਕੁਲ, ਉੱਥੇ ਹਾਂ ਨਿਰਾਸ਼ਾ ਹੈ। ਉਹ ਨਿਰਾਸ਼ਾ ਕਿਉਂ ਆ ਕੇਪੀ ਸਿੰਘ ਜੀ, ਜੇ ਉਹਦੇ ਆਪਾਂ ਥੋੜ੍ਹਾ ਜਿਹਾ ਡੈਪਥ ਦੇ ਵਿੱਚ ਜਾਈਏ, ਜਿਹੜਾ ਜਿਹੋ ਜਿਹਾ ਕੁਛ ਪਿਛਲੇ ਦਿਨਾਂ ਦੇ ਵਿੱਚ ਅਮਰਜ ਕੇ ਪੰਜਾਬ ਦੇ ਇਸ਼ੂਜ਼ ਨੂੰ ਲੈ ਕੇ, ਚਾਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ, ਅਤੇ ਮੈਂ ਪਹਿਲਾਂ ਵੀ ਕਈ ਡਿਬੇਟਾਂ 'ਤੇ ਕਿਹਾ ਵਾ ਵੀ ਉਹ ਕੋਰ ਇਸ਼ੂ ਬਣ ਕੇ ਜਨਤਾ ਨੇ ਨਹੀਂ ਸਵੀਕਾਰਿਆ, ਤੇ ਸਾਰਾ ਜਿਹੜਾ ਸੀਗੀ ਮਾਲ ਉੱਥੇ ਦੀ ਬਿਲਟ ਵੋਟ ਬੈਂਕ ਡੇਰੇ ਦੀ ਸੀਗੀ ਜਿਹੜੀ, ਤੇ ਉਹ ਅਗੇਨ ਅਕਾਲੀ ਦਲ ਨੂੰ ਕਨਵਰਟ ਹੋ ਗਈ ਆ, ਤੇ ਦੂਜੀ ਜਿਹੜੀ ਵੋਟ ਸੀਗੀ ਉਹ ਖਿੱਲੀ ਪੁੰਡ ਰਹੀ। ਠੀਕ ਹੈ, ਕਰਨਲ ਸਾਹਿਬ ਵੀਰ ਅਹਿਮਦ, ਅਕਾਲੀ ਦਲ ਨੂੰ ਜਿਹੜਾ ਅਸਲ ਵੋਟ ਬੈਂਕ ਹੈਗਾ, ਜਿਹੜਾ ਉਹਨਾਂ ਦਾ ਅਕਾਲੀ ਦਲ 2012 ਵਿੱਚ ਸੀਗਾ, ਉਹ ਤੋਂ 7% ਅਕਾਲੀ ਦਲ ਪਿੱਛੇ ਖੜਾ। ਤੁਸੀਂ ਅਕਾਲੀ ਦਲ ਨੂੰ ਟੁੱਟ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾਇਆ ਸਾਰਿਆਂ ਨੇ, ਤੁਸੀਂ ਕੁਛ ਨਵਾਂ ਕਰ ਸਕੇ ਹੋ? ਦੇਖੋ, ਨਵਾਂ ਕੀ ਕਰਨਾ ਸੀ, ਅਸੀਂ ਲੋਕਾਂ ਨੂੰ ਜਾਗਰੂਕ ਕੀਤਾ, ਖਾਸ ਕਰਕੇ ਪੰਥਕ ਵੋਟਰ ਜਿਹੜੇ ਸਨ ਉਹਨਾਂ ਦੇ ਸਾਹਮਣੇ ਸਾਰਾ ਜਿਹੜਾ ਕੱਚਾ ਚਿੱਠਾ ਸੀ ਉਹ ਸਾਹਮਣੇ ਰੱਖਿਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੁਸੀਂ ਤਕੜੀ ਚੋਣ ਨਿਸ਼ਾਨ ਦੇ ਉੱਤੇ ਇਸ ਵਾਰ ਦੇਖ ਰਹੇ ਹੋ, ਉਹ ਅਸਲ ਦੇ ਵਿੱਚ ਬਾਦਲ ਪਰਿਵਾਰ ਹੈ। ਇਸ ਤੋਂ ਅੱਗੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹ ਇਹਨਾਂ ਨੇ ਕਦੋਂ ਦਾ 1996 ਜਦੋਂ ਪੰਜਾਬੀ ਪਾਰਟੀ ਬਣਾ ਦਿੱਤੀ ਗਈ ਉਦੋਂ ਹੀ ਇਹਨਾਂ ਨੇ ਖਤਮ ਕਰ ਦਿੱਤਾ। ਮੇਰੀ ਗੱਲ ਪੂਰੀ ਕਰੋ, ਗੱਲ ਪੂਰੀ ਕਰ ਲਓ, ਤੁਸੀਂ ਗੱਲ ਪੂਰੀ ਕਰ ਲਓ। ਤੁਹਾਡੀ ਸਿਰਫ ਇੱਕ ਹੀ ਪ੍ਰਾਪਤੀ ਹੈ ਕਿ ਤੁਸੀਂ ਖਡੂਰ ਸਾਹਿਬ ਪੰਥਕ ਸੀਟਾਂ ਅਕਾਲੀ ਦਲ ਤੋਂ ਖੋਲੀ? ਬਸ ਦੇਖੋ, ਪ੍ਰਾਪਤੀ ਨਹੀਂ, ਇਹ ਸਮਝਦੇ ਹਾਂ ਕਿ ਇੱਕ ਜਿਹੜਾ ਬਾਦਲ ਦੇ ਅੰਦਰ ਹੰਕਾਰ ਸੀ, ਜਿਹੜਾ ਬਾਦਲ ਪਰਿਵਾਰ ਦੇ ਅੰਦਰ ਹੰਕਾਰ ਸੀ, ਉਹ ਇਕੱਲਾ ਅਸਾਂ ਨੇ ਨਹੀਂ ਕੀਤਾ ਦੂਰ, ਉਹ ਪੰਜਾਬ ਦੇ ਉਹਨਾਂ ਸਾਰੇ ਸੁਹਿਰਦ ਲੋਕਾਂ ਨੇ ਉਹਨਾਂ ਨੂੰ ਸ਼ੀਸ਼ਾ ਦਿਖਾ ਦਿੱਤਾ। ਅੱਜ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਹੈ, ਉਸ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਇੱਕੋ ਹੀ ਸਵਾਲ ਉੱਠਦਾ ਹੈ ਕਿ ਜੇ ਇੰਨੀ ਤੁਹਾਡੀ ਪ੍ਰਸਿੱਧੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਤੁਸੀਂ ਤਾਂ ਉੱਥੋਂ 7 ਲੱਖ ਵੋਟਾਂ ਲੈ ਲੈਂਦੇ ਹੋ, ਤੁਸੀਂ 2 ਲੱਖ ਵੋਟਾਂ ਦੇ ਨਾਲ ਜਿੱਤ ਜਾਂਦੇ ਹੋ, ਲੇਕਿਨ ਤੁਹਾਡੀ ਪਾਰਟੀ ਕਿਉਂ ਡੁੱਬ ਗਈ? ਕਿਉਂਕਿ ਪਾਰਟੀ ਵੱਲ ਉਹਨਾਂ ਨੇ ਨਹੀਂ ਹੀ ਧਿਆਨ ਦਿੱਤਾ, ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾਉਣਾ ਪਿਆ। ਹਾਂ, ਜਿਹੜਾ ਨੁਕਸਾਨ ਹੋਇਆ ਸਭ ਤੋਂ ਵੱਡਾ, ਉਹ ਨੁਕਸਾਨ ਦੇ ਵਿੱਚ ਅਸੀਂ ਵੀ ਬਰਾਬਰ ਦੇ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਹਾਂ, ਉਹ ਨੁਕਸਾਨ ਹੈ ਕਿ ਜਿਹੜਾ ਤੀਸਰਾ ਫਰੰਟ ਸੀ ਜਿਹੜਾ ਅਸੀਂ ਬਣਾਉਣਾ ਚਾਹੁੰਦੇ ਸਾਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ, ਉਹ ਨਹੀਂ ਬਣ ਸਕਿਆ। ਤੁਹਾਨੂੰ ਲੱਗਦਾ ਹਜੇ ਮੌਕਾ ਹੈਗਾ? ਹਾਂ ਬਿਲਕੁਲ, ਉਹ ਸਪੇਸ ਅਜੇ ਵੀ ਬਰਕਰਾਰ ਹੈ। ਤੁਸੀਂ ਇਹ ਦੇਖੋ, ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਮੈਂ 13 ਦੀਆਂ 13 ਮਿਸ਼ਨ ਦੱਸਦੇ ਸੀ, ਉਹ 13+ ਮਿਸ਼ਨ, ਉਹ ਮਿਸ਼ਨ ਉਹਨਾਂ ਦਾ ਢਹਿ ਢੇਰੀ ਹੋ ਗਿਆ। ਲੋਕਾਂ ਨੇ ਮਜਬੂਰੀ ਵੱਸ ਵੋਟਾਂ ਉਹਨਾਂ ਨੂੰ ਪਾਈਆਂ, ਲੇਕਿਨ ਖਹਿਰਾ ਸਾਹਿਬ, ਬੈਂਸ ਬ੍ਰਦਰਜ਼, ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਗਾਂਧੀ,
सारे जिन्ने सन और भगवंत मान ये अज सारे महसूस कर रहे हैं। कल्ले कल्ले दा तुसी ट्वीट देखो, कल्ले कल्ले दा गल सुनो, अज सारे महसूस करते हुण उही सुखपाल सिंह खहरा ये गल कह रहे ने कि मैनू बठिंडे नहीं सी जाना चाहिए, मैनू अपनी रणनीति जिहड़ी है वह चेंज करनी चाहिए। अहीं उन्हां दे घर जाके उन्हां नूं ये दसी गल कि तुहानूं ये जिहड़ी रणनीति जिहड़ी तुसी बना के बठिंडे जा रहे हो ये तुहानूं महंगी पैगी, इहदे नाल पंजाबियां दा नुकसान होवेगा। ठीक है, मैं एक छोटा जिहा ब्रेक लैणा, ब्रेक तों वापस आऊँगा। करनैल सिंह पीर अहमद हरी कह रहे हैं कि पंजाब विच तीजे बदली अजे मौका हैगा। प्रोफेसर मनजीत सिंह तों समझण दी कोशिश करांगे, तीजे बदली मौका हैगा, उस मौके दे लई पार्टियां नूं एकजुट होना पवेगा। पर पार्टियां एकजुट होंदियां किवें आ, क्योंकि आपदी ईगो आ जिहड़ी उह जिवें पीर अहमद साहब कह रहे हैं कि पंजाबियां नुकसान होया, उस ईगो करके नुकसान तां नहीं हो रहा। ब्रेक तों वापस आ रहे, कुछ होर सवाल होणगे जरूर। सवाल एक पूछ रहे, बड़ा सवाल असं पूछ रहे हैं, लोग सभा के चो नतीजों ने पंजाब दी सियासी धिरां नूं कि शीशा दिखाया। प्रोफेसर मनजीत सिंह, किहड़ा शीशा दिखाता जांदा सियासी धिरां नूं? देखो, एक तो यह है कि जिहड़ा ये समझते हैं आपां कि एक मॉरल स्टैंड ते पार्टियां चो निकल के असीं लै लैंदे हां, भावें वह आम आदमी पार्टी चो सुखपाल सिंह खहरा ने लिया जां अकाली दल चो अमृतसर वाले अकाली टकसालियां ने लिया, उहदा जिहड़ा जे ये समझो कि बहुत वड्डा उन्होंने नाल अपने वर्टिकल स्प्लिट करके कोई पार्टी नूं लै गए जां पार्टी नूं एक बहुत खोरा लाता, वह बहुता हो नहीं पाया। देखो, क्योंकि मैनू एवं लगता कि ठीक है, एक मॉरल पॉइंट सी कि पंजाब आम आदमी पार्टी का जो लै लो तो कि असी पंजाब की ऑटोनमी चाहते हाँ, बड़े बड़े रेजोल्यूशन का मॉरल पॉइंट अज का नहीं है। प्रसम जी से मैं इससे भी डिबेट जरूर करना चाहता, ये मॉरल पॉइंट अज का तो है नहीं गा, ये बड़ा पुराना मॉरल पॉइंट है, इससे की मिले पंजाब नहीं, पर पंजाब नूं तां की मिलना है, पंजाब दे जिथे खड़ा पहला नालों भी थले जा रहा, बड़ी तेजी नाल थले जा रहा। मैं तुहानूं सच्ची गल दसा, पंजाब दसां सालां दा कोई विकल्प लभ रहा है? आम आदमी पार्टी कित्थों निकली सी? वह लोगों की इस लोड़ चों आम आदमी पार्टी निकली सी, जिथों वह निराशा उन्होंने लगी आ। और जिहड़ा तीजे धिर की जिहड़ी गल करदे आ, वह भी कुछ बहुता पायदार कर नहीं सकी। जिस तरह हम बैरागी जी कहते हैं कि असी तो जीरो तो चले हाँ, साड़ी सैटिस्फैक्शन तो नहीं है पर फिर भी परफॉर्मेंस ठीक। जीरो तो किवें चले हाँ? बैंस ब्रदर जिहड़े आ वह भाई इन्ने चिर दे एमएलए आ, उन्हां दा बड़ा सॉलिड बेस है, वह जीरो तो थोड़ी चले आ। सुखपाल सिंह खहरा दा पॉलिटिकल करियर बड़ा लंबा, 20 साल 20 साल वह कांग्रेस च रहे आ, फिर हुण भी हुण भी आ सिटिंग एमएलए आ, ते जीरो तो किवें आ? नहीं, ਪੰਜਾਬ ਦੇ ਵਿੱਚ ਐਜ਼ ਏ ਤੀਜਾ ਫਰੰਟ ਜੇ ਬੈਂਸ ਬ੍ਰਦਰਸ ਦੀ ਗੱਲ ਕਰੀਏ, ਉਹਨਾਂ ਨੇ ਲਿਮਿਟਡ ਸੀ, ਮੈਂ ਉਹਨਾਂ ਪੀਡੀਏ ਵਾਲਾ ਸਵਾਲ ਨਹੀਂ ਕੀਤਾ, ਉਹਨਾਂ ਪੰਜਾਬ ਏਕਤਾ ਪਾਰਟੀ ਦਾ ਸਵਾਲ ਕੀਤਾ। ਨਹੀਂ, ਮੈਂ ਸਮਝ ਗਿਆ, ਉਹ ਇਹੀ ਕਹਿ ਰਹੇ ਆ, ਪੀਡੀਏ ਕਹਿ ਲਓ ਜਾਂ ਕੋਈ ਵੀ ਪੰਜਾਬ ਏਕਤਾ ਕਹਿ ਲਓ, ਕੋਈ ਵੀ ਕਹਿ ਲਓ, ਇਹ ਸਾਰੇ ਪੰਜਾਬ ਏਕਤਾ ਵੀ ਅਜੇ ਵੀ ਮਤਲਬ ਉਹ ਤੁਸੀਂ ਗਾਂ ਵੀ ਦੇਖ ਲਿਓ ਪਿੱਛੋਂ ਤੁਰੇ ਜਿਹੜਾ ਮਤਲਬ ਇਹ ਸਭ ਤੋਂ ਵੱਡੀ ਤਾਂ ਦੁਰਘਟਨਾਵਾਂ ਦੇ ਭਾਗੀ ਇਹ ਹੋ ਗਈ ਆਮ ਆਦਮੀ ਪਾਰਟੀ ਦੇ ਜਿਹੜੇ ਟੋਟਲ ਲਾ ਲਓ ਕਿ ਉੱਧਰੋਂ ਇਲੈਕਸ਼ਨ ਚੱਲ ਰਹੀ ਆ, ਉੱਧਰੋਂ ਬੰਦੇ ਜਿਹੜੇ ਐਮ ਐਲ ਏ ਛੱਡ ਛੱਡ ਕੇ ਕਾਂਗਰਸ ਦੇ ਵਿੱਚ ਜਾ ਰਹੇ ਆ, ਇਹਨਾਂ ਦਾ ਸਾਰਾ ਲੋਕਾਂ ਨੇ ਇੱਕ ਅਸਰ ਜਾਣਾ ਸੀ ਉਹ ਗਿਆ ਆ। ਇਸ ਕਰਕੇ ਮੈਨੂੰ ਲੱਗਦਾ ਕਿ ਇਹ ਗੱਲ ਕਹਿਣੀ ਕਿ ਆਪਾਂ ਮਤਲਬ ਨਵੇਂ ਸੀ, ਨਵੇਂ ਵਾਲੀ ਕੋਈ ਗੱਲ ਨਹੀਂ। ਹਾਂ, ਨਵੇਂ ਜਿਹੜੇ ਖਾਲੜਾ ਮੈਡਮ ਸੀ ਪਰਮਜੀਤ ਕੌਰ ਖਾਲੜਾ, ਉਹ ਨਵੀਂ ਆ, ਉਹਨੂੰ ਲੋਕਾਂ ਨੇ ਵੋਟ ਪਾਈ ਆ, ਉਹਨੂੰ ਤੁਸੀਂ ਕਹਿ ਸਕਦੇ ਹੋ ਕਿ ਬਿਲਕੁਲ ਲੋਕਾਂ ਦੇ ਨਾਂ ਦੇ ਵੋਟ। ਉਹ ਪੈਪ ਦੇ ਨਾਂ ਤੇ ਵੋਟ ਨਹੀਂ, ਨਾ ਉਹ ਖਹਿਰਾ ਸਾਹਿਬ ਉਹਨੂੰ ਕਹਿ ਸਕਦੇ ਕਿ ਮੇਰੇ ਕਹਿਣ ਤੇ ਵੋਟ ਪਈ ਆ, ਉਹ ਤੇ ਲੋਕਾਂ ਨੇ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਨੂੰ ਵੋਟ ਪਾਈ ਆ। ਜਿਵੇਂ ਭਗਵੰਤ ਸਿੰਘ ਮਾਨ ਨੂੰ ਉਹਦੀ ਆਪਣੀ ਜਿਹੜੀ ਕੰਟਰੀਬਿਊਸ਼ਨ ਹੈ ਏਰੀਏ 'ਚ ਕਹਿ ਲਓ ਜਾਂ ਲੋਕਾਂ ਨਾਲ ਇਨ ਟੱਚ ਰਹਿਣਾ, ਜਿਹੜੀ ਉਹਦੀ ਆਪਣੀ ਪੋਲਿਟਿਕਸ ਆ, ਜੇ ਜੋ ਵੀ ਉਹਨੇ ਕੀਤਾ ਉਹਨੂੰ ਵੋਟ ਪਈ ਆ। ਜੇ ਕਹੋ ਕਿ ਆਮ ਆਦਮੀ ਪਾਰਟੀ ਦੀ ਵੋਟ ਆ, ਉਸ ਤਰ੍ਹਾਂ ਯਾਨੀ ਕਿ ਪਾਰਟੀਆਂ ਦਾ ਵਜੂਦ ਘਟਦਾ ਜਾ ਰਿਹਾ, ਨਿੱਜੀ ਤੌਰ 'ਤੇ ਜਿਹੜੀ ਪਰਫਾਰਮੈਂਸ ਹੈਗੀ ਆ ਉਹ ਅੱਗੇ ਵੱਧ ਰਹੀ ਆ ਜਾਂ ਚਿਹਰੇ ਆ ਭਾਰੀ ਹੋ ਰਹੇ। ਕੇ ਪੀ ਸਿੰਘ ਜੀ ਇਕੱਲਾ ਘਟਦਾ ਹੀ ਨਹੀਂ ਜਾ ਰਿਹਾ, ਘਟਾਇਆ ਜਾ ਰਿਹਾ, ਇਹ ਹੋਰ ਵੀ ਮਾੜੀ ਗੱਲ ਆ। ਰੀਜਨਲ ਪਾਰਟੀਆਂ ਸਾਰੇ ਦੇਸ਼ ਦੇ ਵਿੱਚ 5% ਵੋਟਾਂ ਉਹਨਾਂ ਦੀਆਂ ਥੱਲੇ ਆ ਗਈਆਂ। ਮੇਰਾ ਅਨੈਲਿਸਿਸ ਇਹ ਕਹਿ ਰਿਹਾ ਕਿ ਜਿੱਡੀ ਵੱਡੀ ਵੋਟਾਂ ਪਵਾਉਣ ਵਾਲੀ ਮਸ਼ੀਨ, EVM ਭੁੱਲ ਜਾਓ ਤੁਸੀਂ, ਉਹ ਕੁਛ ਵੀ ਨਹੀਂ, ਜਿਹੜੀ ਮੋਦੀ ਜੀ ਦੀ ਤਿਆਰ ਹੋ ਗਏ ਆ, ਮੋਦੀ ਅਮਿਤ ਸ਼ਾਹ ਦੀ ਜੋੜੀ ਨੇ ਇੱਕ ਐਡਾ ਵੱਡਾ ਸਟਰਕਚਰ ਖੜਾ ਕਰਤਾ ਵੋਟਾਂ ਲੁੱਟਣ ਵਾਲਾ, ਵੋਟਾਂ ਨੂੰ ਹੂੰਝਾ ਫੇਰ ਕੇ ਲਿਜਾਣ ਵਾਲਾ, ਉਹਦੇ ਮੁਕਾਬਲੇ ਆ ਜਿਹੜੀਆਂ ਛੋਟੀਆਂ ਪਾਰਟੀਆਂ ਸਾਰੀਆਂ ਉਹ ਹੁੰਝੀਆਂ ਜਾਣੀਆਂ। ਇਹ ਦੋ ਪਾਰਟੀਆਂ ਦਾ ਤੁਹਾਨੂੰ ਖੇਤਰੀ ਪਾਰਟੀਆਂ ਦਾ ਭਵਿੱਖ ਠੀਕ ਨਹੀਂ ਲੱਗਦਾ? ਹਾਂ, ਤੇ ਖਾਸ ਕਰ ਜਿਹੜਾ ਮੈਨੂੰ ਅਕਾਲੀ ਦਲ ਮੇਰੇ ਵੀਰ ਬੈਠੇ ਆ, ਇਹ ਤੇ ਖੁਦ ਹੀ ਆਪਣੇ ਆਪ ਨੂੰ ਗਰਾਊਂਡ ਛੱਡੀ ਜਾਂਦੇ ਆ, ਇਹ ਤੇ ਤੇਜ਼ੀ ਨਾਲ ਆਪ ਮਿਹਨਤ ਕਰਕੇ ਅਕਾਲੀ ਦਲ ਦੀ ਗਰਾਊਂਡ ਛੱਡ ਰਹੇ ਆ, ਇਹ ਬੜੀ ਮਾੜੀ ਗੱਲ ਹੈ। ਮੈਂ ਬੜੇ ਸਿਮਰਾਗੀ ਇੱਕ ਮਿੰਟ ਚਾਹ ਰਿਹਾ, ਅਮਰ ਸਿੰਘ ਧਾਰਨੀ ਤੁਸੀਂ ਆਪ ਗਰਾਊਂਡ ਖਾਲੀ ਕਰਦੇ ਪਏ ਹੋ? ਨਹੀਂ ਨਹੀਂ ਨਹੀਂ, ਬਿਲਕੁਲ ਐਸੀ ਕੋਈ ਗੱਲ ਨਹੀਂ ਹੈਗੀ। ਦੇਖੋ, ਜਿਹੜੀ ਖੇਤਰੀ ਪਾਰਟੀ ਆ ਔਰ ਖਾਸ ਤੌਰ 'ਤੇ ਜਿਹੜਾ ਸਾਡੀ ਸ਼੍ਰੋਮਣੀ ਅਕਾਲੀ ਦਲ ਹੈ, ਇਹ ਤਾਂ ਟੋਟਲੀ ਜਿਹੜਾ ਹੈਗਾ ਮੀਰੀ ਪੀਰੀ ਦੇ ਸਿਧਾਂਤ 'ਤੇ ਬੇਸਡ ਪਾਰਟੀ ਹੈਗੀ ਹੈ। ਅਸੀਂ ਜਿਹੜਾ ਹੈਗਾ
ਇਹ ਗੱਲ ਸੋਚ ਕੇ ਜੇ ਤੁਸੀਂ ਕਹੋ ਵੀ ਅਸੀਂ ਕਿਸੇ ਅਸੀਂ ਉਹਦੇ ਨਾਲ ਅਲਾਈਨਡ ਪਾਰਟੀ ਹੈਗੀ ਆ ਨਾ ਕਿ ਅਸੀਂ ਉਹਦੇ ਵਿੱਚ ਮਰਜ ਹੋ ਗਏ ਆ। ਮੈਂ ਕਲੈਰੀਫਿਕੇਸ਼ਨ ਥੋੜੀ ਜਿਹੀ ਕਰਦਾ, ਮੇਰਾ ਕਹਿਣ ਦਾ ਮਤਲਬ ਕੀ ਹੈ, ਜਦੋਂ ਆਪਾਂ ਮੋਦੀ ਜੀ ਦੇ ਨਾਂ ਤੇ ਵੋਟਾਂ ਮੰਗਦੇ ਆ ਕਿ ਮੋਦੀ ਦੇ ਚਿਹਰੇ ਦੀਆਂ ਵੋਟਾਂ, ਮੋਦੀ ਦੇ ਨਾਰੇ ਲਾਉਂਦੇ ਸਟੇਜ ਤੋਂ, ਔਰ ਮਤਲਬ ਆਪ ਆਪਣੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਦੀ, ਉਹਦੀ ਅਚੀਵਮੈਂਟ ਦੀ, ਉਹਦੇ ਇਤਿਹਾਸ ਨੂੰ ਛੱਡ ਜਾਂਦੇ ਆ। ਇਤਿਹਾਸ ਨੂੰ ਕੀ ਨਾਮ ਹੀ ਛੱਡ ਗਿਆ, ਬਾਦਲ ਵੱਡੇ ਬਾਦਲ ਸਾਹਿਬ ਸਟੇਜ ਤੋਂ ਮੋਦੀ ਮੋਦੀ ਕਰਾ ਰਹੇ ਸੀ ਹੁਸ਼ਿਆਰਪੁਰ। ਦੇਖੋ ਦੇਖੋ ਇਹ ਗੱਲਾਂ ਜਿਹੜੀਆਂ ਹੈਗੀਆਂ ਕਰਨ ਦੀਆਂ ਹੈਗੀਆਂ, ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਚੋਣ ਹੋਣੀ ਸੀ ਔਰ ਇੱਕ ਚਿਹਰਾ ਸੀ, ਨਹੀਂ ਪਾਰਲੀਮੈਂਟ ਦੀ ਚੋਣ ਸੀ, ਪਾਰਲੀਮੈਂਟ ਦਾ ਪ੍ਰੋਬਲਮ ਆ ਗਿਆ, ਪਾਰਲੀਮੈਂਟ ਦੀ ਚੋਣ ਸੀ। ਤਾਨੀ ਸਾਹਿਬ ਇਸ ਸਵਾਲ ਦਾ ਜਵਾਬ ਤੁਸੀਂ ਕਿਸੇ ਵੀ ਡਿਬੇਟ ਵਿੱਚ ਨਹੀਂ ਦਿੱਤਾ, ਸ਼ਾਇਦ ਤੁਹਾਡੇ ਕੋਲ ਇਸ ਦਾ ਜਵਾਬ ਹੈ ਨਹੀਂ ਕਿ ਤੁਸੀਂ ਮੋਦੀ ਸਾਹਿਬ ਤੇ ਵੋਟਾਂ ਕਿਉਂ ਮੰਗੀਆਂ। ਇੱਕ ਸਵਾਲ ਹੋਰ ਮੈਂ ਤੁਹਾਨੂੰ ਪਹਿਲਾਂ ਵੀ ਕੀਤਾ ਸੀ, ਅੱਜ ਫੇਰ ਕਰ ਰਿਹਾ, ਤੁਹਾਡਾ ਮੈਨੀਫੈਸਟੋ ਕਿਉਂ ਨਹੀਂ ਹੁੰਦਾ? ਦੇਖੋ ਮੈਂ ਉਹੀ ਇਹਦਾ ਮਤਲਬ ਤੁਸੀਂ ਗਰਾਊਂਡ ਖਾਲੀ ਕਰਤਾ ਨਾ, ਗਰਾਊਂਡ ਖਾਲੀ ਕਰਤਾ ਤੁਸੀਂ। ਉਸ ਤੋਂ ਵੀ ਅੱਗੇ ਜਾ ਕੇ ਮਨਜੀਤ ਸਿੰਘ ਜੀਕੇ ਇਹਨਾਂ ਦਾ ਇੱਕ ਕੀ ਪਿੰਨ ਜਿਹਨੂੰ ਕਿਹਾ ਜਾਂਦਾ ਕਿ ਮੇਨ ਪਾਰਟੀ ਦਾ ਇੱਕ ਬੰਦਾ ਸੀ, ਜਿਹਨੇ ਇਹ ਗੱਲ ਕਹਿ ਦਿੱਤਾ ਕਿ ਜਦੋਂ ਉਹਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ, ਤਾਂ ਉਹ ਇਹ ਗੱਲ ਕਹਿੰਦਾ ਕਿ ਇਹ ਮੈਨੂੰ ਕੌਣ ਕੱਢ ਸਕਦੇ ਆ, ਇਹਨਾਂ ਨੂੰ ਤਾਂ ਪੰਥ ਨੇ ਆਪਣੇ ਦਿਲ ਦਿਮਾਗ ਦੇ ਵਿੱਚੋਂ ਕੱਢ ਦਿੱਤਾ। ਤਾਂ ਉਸ ਨੇ ਜਿਹੜੇ ਦੋਸ਼ ਲਾਏ ਨੇ ਮਨਜਿੰਦਰ ਸਿੰਘ ਸਿਰਸਾ ਅਤੇ ਅਵਤਾਰ ਸਿੰਘ ਹਿੱਤ ਦੇ, ਤੇ ਅਵਤਾਰ ਸਿੰਘ ਹਿੱਤ ਨੇ ਤੇ ਮਨਜਿੰਦਰ ਸਿੰਘ ਸਿਰਸਾ ਨੇ। ਸਾਹਿਬ ਪੀਰ ਮੁਹੰਮਦ ਸਾਹਿਬ ਜੀਕੇ ਦੀਆਂ ਗੱਲਾਂ ਨਾ ਤੁਸੀਂ ਕਰੋ, ਮੈਂ ਜੀਕੇ ਬੜਾ ਜੀਕੇ ਮੈਂ ਉਹਦੇ ਕੋਲ ਸਿਰ ਡਿਫੈਂਡ ਕਰਦੇ ਰਹੇ ਆ, ਮੈਂ ਉਹਦੇ ਵੱਖਰੀ ਡਿਬੇਟ ਕਰੂੰਗਾ, ਪੀਰ ਮੁਹੰਮਦ ਸਾਹਿਬ ਵੱਖਰੀ ਡਿਬੇਟ ਕਰੂੰਗਾ। ਨਹੀਂ ਨਹੀਂ ਜੇ ਸਵਾਲ ਚੁੱਕੇ ਸਭ ਤੋਂ ਹੋ ਚੁੱਕੇ ਨਹੀਂ, ਅਸੀਂ ਕਿਹੜਾ ਜੀਕੇ ਦੇ ਹੈਗੇ ਹਮਦਰਦੀ, ਅਸੀਂ ਜੀਕੇ ਦੇ ਹਮਦਰਦੀ ਨਹੀਂਗੇ, ਅਸੀਂ ਜੀਕੇ ਦੇ ਹਮਦਰਦੀ ਨਹੀਂ, ਅਸੀਂ ਗੱਲ ਕਹਿੰਦੇ ਕਿ ਕਰਦਾ ਪੇਤੀ ਤਾਨੀ ਸਾਹਿਬ। ਇਹ ਜਿਹੜੇ ਸਵਾਲ ਉੱਠਦੇ ਪਏ ਹੈਗੇ, ਇਹਨਾਂ ਸਵਾਲਾਂ ਤੇ ਵੱਖਰੀ ਡਿਬੇਟ ਹੋ ਜੂਗੀ, ਪਰ ਇਹ ਸਵਾਲ ਹੈਗੇ ਆ, ਪਰ ਇਹ ਸਵਾਲ ਹੈਗੇ। ਬੁੱਢਾ ਸਿੰਘ ਬਰਾਗੀ, ਮੈਂ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ, ਸ਼੍ਰੋਮਣੀ ਅਕਾਲੀ ਦਲ ਵਰਗੀ ਖੇਤਰੀ ਪਾਰਟੀ ਥਾਂ, ਤੁਹਾਡੇ ਵਰਗੀ ਕੋਈ ਪਾਰਟੀ ਜਾਂ ਤੁਹਾਡੇ ਨਾਲ ਜੁੜ ਕੇ ਕੋਈ ਪਾਰਟੀ ਉਹ ਥਾਂ ਭਰ ਸਕਦੀ ਹੈ? ਬਿਲਕੁਲ ਕੇਪੀ ਸਿੰਘ ਜੀ, ਮੈਂ ਪਹਿਲਾਂ ਵਾਲੇ ਵੀ ਮੇਰੇ ਬਲਬਲੇ ਅੰਦਰ ਜਿਹੀ ਰਹਿ ਗਏ, ਪਹਿਲੇ ਵਾਲੇ ਮੈਂ ਬੋਲ ਹੀ ਰਿਹਾ ਸੀਗਾ, ਤੁਸੀਂ ਸ਼ਿਫਟ ਕਰਤਾ ਆਪਦਾ ਫੋਕਸ। ਮੈਂ ਦੇਖੋ ਇਸ ਚੀਜ਼ ਨਾਲ ਸਹਿਮਤ ਨਹੀਂ ਗਾ ਵੀ ਖੇਤਰੀ ਪਾਰਟੀਆਂ ਲਈ ਸਪੇਸ ਹੈ ਨਹੀਂ, ਖੇਤਰੀ ਪਾਰਟੀਆਂ ਲਈ ਬਹੁਤ ਜ਼ਿਆਦਾ ਸਪੇਸ ਆ, ਉਹ ਵੱਖਰੀ ਗੱਲ ਆ ਵੀ ਇਹ ਦੇਸ਼ ਦੀ ਇਲੈਕਸ਼ਨ ਸੀਗੀ, ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵੀ ਇਸ਼ੂ ਸੈਂਟ੍ਰਿਕ ਐਤਕੀ ਇਲੈਕਸ਼ਨ ਨਾ ਹੋ ਕੇ ਧਰਮ ਸੈਂਟ੍ਰਿਕ ਹੋ ਗਈ ਆ, ਹਿੰਦੂਤਵ ਦਾ ਫੱਤਾ ਚੱਲ ਗਿਆ, ਉਹ ਸਾਰੀਆਂ ਕੁਛ ਹੋ ਗਈਆਂ, ਪਰ ਇਸ ਸਭ ਦੇ ਬਾਵਜੂਦ ਵੀ ਜੇ ਅੱਜ ਆਂਧਰਾ ਪ੍ਰਦੇਸ਼ ਵਿੱਚ ਰਾਜਮੋਹਨ ਰੈਡੀ ਬਹੁਤ ਵਧੀਆ ਪਰਫਾਰਮੈਂਸ ਦੇ ਰਿਹਾ ਤਾਂ ਸਾਨੂੰ ਇੱਕ ਸਿਗਨਲ ਜਾ ਰਿਹਾ ਕਿ ਤੁਸੀਂ ਧਰਮ ਸੈਂਟ੍ਰਿਕ ਸਿਆਸਤ ਨਹੀਂ ਕੀਤੀ ਪੰਜਾਬ ਵਿੱਚ, ਨਹੀਂ ਕੀਤੀ ਅਸੀਂ ਇਸ ਨੂੰ, ਤੁਸੀਂ ਧਰਮ ਸੈਂਟ੍ਰਿਕ ਨਹੀਂ ਮੰਨਦੇ, ਤੁਸੀਂ ਬੇਅਦਬੀ ਦਾ ਮੁੱਦਾ ਚੁੱਕਿਆ, ਅਕਾਲੀ ਦਲ ਇਹ ਗੱਲ ਕਹਿੰਦਾ ਹੈਗਾ। ਮੈਂ ਮੈਨੂੰ ਥੋੜਾ ਜਿਹਾ ਟਾਈਮ ਦਿਓ, ਵਾਇਓਲੇਸ਼ਨ ਹੋਣੀ, ਹਿਊਮਨ ਰਾਈਟਸ ਵਾਇਓਲੇਸ਼ਨ ਹੋਣੀ, ਕੀ ਇਹ ਧਰਮ ਸੈਂਟ੍ਰਿਕ ਆ? ਜੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਦਾ ਪਦ ਵੀ ਅਸੀਂ ਉਹਨੂੰ ਜਿਉਂਦਾ ਜਾਗਦਾ ਗੁਰੂ ਮੰਨਦੇ ਹਾਂ, ਉਸ ਦੀ ਵਾਇਓਲੇਸ਼ਨ ਹੋ ਰਹੀ ਆ, ਮੇਰੇ ਕੋਲ ਸ਼ਾਇਦ ਉਹ ਸ਼ਬਦ ਐਪਰੋਪ੍ਰੀਏਟ ਹੈ ਨਹੀਂ ਜਿਹੜੇ ਮੈਂ ਇੱਥੇ ਉਚਾਰ ਸਕਾਂ, ਤੇ ਉਹਨੂੰ ਤੁਸੀਂ ਧਰਮ ਸੰਘ ਨਹੀਂ ਕਹਿ ਸਕਦੇ ਵੀ ਅਸੀਂ ਧਰਮ ਤੇ ਪੋਲਿਟਿਕਸ ਕਰ ਰਹੇ ਹਾਂ, ਉਹ ਸਾਰਿਆਂ ਦਾ ਸਾਂਝਾ, ਉਹ ਮਾਨਵਤਾ ਦਾ ਸਾਂਝਾ ਵਾ। ਇੱਕ ਹਿਊਮਨ ਬੀਂਗਸ ਦੇ ਉੱਤੇ ਵਾਇਓਲੇਸ਼ਨ ਹੁੰਦੀ, ਅਸੀਂ ਤਾਂ ਉੱਥੇ ਹਾਂ ਤੇ ਐਡਾ ਵੱਡਾ ਇੱਥੇ ਕੁਕਰਮ ਹੋਇਆ ਵਾ ਪੰਜਾਬ ਦੇ ਵਿੱਚ, ਜੇ ਅਸੀਂ ਉਹਦੇ ਜਸਟਿਸ ਲਈ, ਉਹਦੇ ਨਿਆਂ ਲਈ ਅਸੀਂ ਕੋਈ ਦੰਗੇ ਨਹੀਂ ਕਰਾ ਰਹੇ ਕੇਪੀ ਸਿੰਘ ਜੀ, ਅਸੀਂ ਉਹਨੂੰ ਔਜ਼ਾਰ ਬਣਾ ਕੇ ਕਿਤੇ ਵਰਤ ਨਹੀਂ ਰਹੇ, ਅਸੀਂ ਤਾਂ ਸਿਰਫ ਨਿਆਂ ਮੰਗ ਰਹੇ ਹਾਂ, ਤਾਂ ਤੁਸੀਂ ਉਹਨੂੰ ਧਰਮ ਸੈਂਟ੍ਰਿਕ ਨਹੀਂ ਜੇ ਕਹਿ ਸਕਦੇ। ਬੇਆਦਬੀ ਦੀਆਂ ਘਟਨਾਵਾਂ ਦੇ ਇੱਕ ਮਿੰਟ ਤਾਂ ਸ਼ਾਂਤਮਈ ਰੋਸ ਦੇ ਵਿਰੁੱਧ ਦੋ ਕਤਲ ਕੀਤੇ ਗਏ ਆ ਤਾਨੀ ਸਾਹਿਬ, ਤਾਨੀ ਸਾਹਿਬ ਨਹੀਂ ਕੇਪੀ ਸਿੰਘ ਜੀ, ਤੁਸੀਂ ਮੇਰੀ ਗੱਲ ਨੂੰ ਗਲਤ ਕਰ ਰਹੇ ਹੋ, ਇਕੱਲੀ ਬੇਆਦਬੀ ਦੀਆਂ ਘਟਨਾਵਾਂ ਦੀ ਗੱਲ ਨਹੀਂ, ਜਦੋਂ ਉਹਦੇ ਤੇ ਸ਼ਾਂਤਮਈ ਰੋਸ ਕੀਤਾ ਗਿਆ ਸਿੱਖ ਸੰਗਤ ਵੱਲੋਂ, ਤਾਂ ਦੋ ਕਤਲ ਤੇ 10 ਨਾ ਫੱਟੜ, ਦੋਨੇ ਚੀਜ਼ਾਂ ਇਕੱਠੀਆਂ ਆ ਤਾਨੀ ਸਾਹਿਬ, ਤੁਸੀਂ ਬਹੁਤ ਵੱਡੀ ਗੱਲ ਹੈ ਕਰਨਾ ਕੋਈ, ਤੁਸੀਂ ਫਿਰ ਕਿਉਂ, ਤੁਸੀਂ ਫਿਰ ਇੱਕ ਸਵਾਲ ਮੈਂ ਤੁਹਾਨੂੰ ਲੈ ਲਵਾਂ, ਤੁਹਾਡਾ ਸਵਾਲ ਹੀ ਲੈਣਾ ਤਾਨੀ ਸਾਹਿਬ, ਤੁਹਾਡਾ ਸਵਾਲ ਹੀ ਲੈਣਾ, ਮੈਂ ਪੋਲੀਟੀਕਲ ਇੱਕ ਮਿੰਟ ਤੁਹਾਡਾ ਸਵਾਲ ਹੀ ਲੈ ਲਵਾਂ। ਤਾਨੀ ਸਾਹਿਬ ਤੁਸੀਂ ਫਿਰ ਕਿਉਂ ਕਹਿ ਰਹੇ ਹੋ ਧਰਮ ਦੇ ਨਾਂ ਤੇ ਸਿਆਸਤ ਕਰਦੇ? ਦੇਖੋ ਇਹ ਤਾਂ ਹੁਣ ਸਭ ਦੇ ਸਾਹਮਣੇ ਹੀ ਆ ਗਿਆ, ਉਹ ਕਹਿ ਰਹੇ ਅਸੀਂ ਨਿਆਂ ਮੰਗਦੇ ਪਏ ਆ, ਲਿਵਿੰਗ ਗੁਰੂ ਮੰਨਦੇ ਆ ਅਸੀਂ। ਦੇਖੋ ਹੁਣ ਆਪਾਂ ਥੋੜਾ ਜਿਹਾ ਨਾ ਇਹਨੂੰ ਇਸ ਤਰ੍ਹਾਂ ਗੱਲ ਕਰੀਏ ਵੀ ਵਾਟ ਇਜ਼ ਦਾ ਡਿਊਟੀ ਆਫ ਏ ਪਾਰਲੀਮੈਂਟੇਰੀਅਨ, ਗੁੱਡ ਪਾਰਲੀਮੈਂਟੇਰੀਅਨ ਤੁਸੀਂ ਕਿੱਧਰ ਲੈ ਕੇ ਤਾਰੇ ਸਾਹਿਬ? ਮੈਂ ਤਾਂ ਸਿੰਪਲ ਸਵਾਲ ਨਹੀਂ ਤਾਰੇ ਸਾਹਿਬ, ਤੁਹਾਡੇ ਬਤਾਓ ਮੈਂ ਤੁਹਾਡੇ ਬਤਾਓ ਡਿਬੇਟ ਕਰਦੀ ਨਹੀਂ, ਇੱਕ ਗੱਲ ਕਰੋ, ਨਾ ਨਾ ਨਾ, ਮੈਂ ਸਿੰਪਲ ਸਵਾਲ ਕੀਤਾ ਤੁਸੀਂ ਇਹਨਾਂ ਨੂੰ ਕਿਉਂ ਕਿਹਾ ਧਰਮ ਦੇ ਨਾਂ ਤੇ ਸਿਆਸਤ ਕਰਦੇ ਆ? ਮੈਂ ਦੱਸਦਾ, ਹਾਂ, ਇਹਨਾਂ ਕੋਲ ਬਰਗਾੜੀ ਜਾਂ ਬਹਿਬਲ ਕਲਾਂ ਮੁੱਦੇ ਤੋਂ ਬਿਨਾਂ ਇਹਨਾਂ ਨੇ ਲੋਕਾਂ ਨੂੰ ਕੀ ਕਿਹਾ ਕਿ ਅਸੀਂ ਤੁਹਾਡੇ ਲਈ ਕੀ ਕਰਾਂਗੇ ਪਾਰਲੀਮੈਂਟ ਦੇ ਵਿੱਚ ਜਾ ਕੇ? ਇੱਕ ਗੱਲ ਦੱਸੋ, ਇਹਨਾਂ ਨੇ ਸਿਰਫ ਔਰ ਸਿਰਫ ਲੋਕਾਂ ਦੇ ਜਿਹੜੀਆਂ ਭਾਵਨਾਵਾਂ ਹੈਗੀਆਂ, ਇਮੋਸ਼ਨਸ ਹੈਗੀਆਂ, ਉਹਨਾਂ ਦੇ ਨਾਲ ਖੇਡਿਆ ਹੈਗਾ ਉਹਨਾਂ ਨੇ। ਚਲੋ ਮੈਂ ਉਹਨਾਂ ਦਾ ਸਪੋਕਸਪਰਸਨ ਨਹੀਂ ਹੈਗਾ, ਆਪਾਂ ਉਹਨਾਂ ਨੇ ਪਾਣੀਆਂ ਦੀ ਵੀ ਗੱਲ ਕੀਤੀ ਹੈ। ਨਹੀਂ ਨਹੀਂ ਬਿਲਕੁਲ, ਉਹਨਾਂ ਨੇ ਚੰਡੀਗੜ੍ਹ ਦੀ ਗੱਲ ਕੀਤੀ, ਤੁਸੀਂ ਨਹੀਂ ਕੀਤੀ, ਤੁਸੀਂ ਛੱਡ ਗਏ, ਤੁਸੀਂ ਛੱਡ ਗਏ, ਇਹਨਾਂ ਨੇ ਸਿਰਫ ਮੋਦੀ ਲਿਆਓ ਦੀ ਗੱਲ ਕੀਤੀ ਹੈ। ਮੇਰੀ ਗੱਲ ਸੁਣ,
ਬਾਦਲ ਸਾਹਿਬ ਬੈਠੇ ਨੇ, ਕੋਰ ਜਿਹੜੀ ਉਹ ਕੌਂਸਟੀਟਿਊਂਸੀ ਜੈਤੋ ਸੀਗੀ ਜਿੱਥੇ ਸਾਰੀ ਘਟਨਾਵਾਂ ਅਤੇ ਬੇਅਦਬੀਆਂ ਹੋਈਆਂ ਵਾ, ਜੈਤੋ, ਕੋਟਕਪੂਰਾ ਅਤੇ ਗਿੱਦੜਵਾਹਾ ਇਹ ਏਰੀਆ ਸੀਗਾ, ਜਾਂ ਮੇਨਲੀ ਫਰੀਦਕੋਟ ਸੈਗਮੈਂਟ ਅਤੇ ਬਠਿੰਡਾ ਸੈਗਮੈਂਟ। ਪਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ, ਇਹ ਚੀਜ਼ ਸਾਨੂੰ ਬਦਲਾ ਲੈਣ ਲਈ ਕਾਫੀ ਹੱਦ ਤੱਕ ਸਾਡੇ ਪਤਾ ਨਹੀਂ ਸਾਡੀ ਪੰਜਾਬੀਅਤ ਮਰ ਗਈ ਆ, ਸਾਡੇ ਪੰਜਾਬੀ ਜਜ਼ਬਾਤ ਮਰ ਗਏ ਨੇ, ਸਾਡੀਆਂ ਭਾਵਨਾਵਾਂ ਮਰ ਗਈਆਂ ਨਾ। ਮੈਂ ਧਰਮ ਵਿਸ਼ੇਸ਼ ਦੀ ਗੱਲ ਨਹੀਂ ਕਰਦਾ, ਇੱਕ ਭਾਵਨਾ ਹੈ ਪੰਜਾਬੀ ਹੋਣ ਅਤੇ ਗੁਰੂ ਗ੍ਰੰਥ ਸਾਹਿਬ ਦੀ ਧਰਤੀ 'ਤੇ ਜੰਮਿਆ ਹੋਣ ਕਰਕੇ ਮੈਂ ਉਹ ਗੱਲ ਕਰਦਾ ਵਾਂ ਵੀ ਉੱਥੇ ਜਿਹੋ ਜਿਹੇ ਰਿਜ਼ਲਟ ਹੋਣੇ ਚਾਹੀਦੇ ਸੀ ਨਾ। ਮੈਂ ਪਿਓਰਲੀ ਪੋਲੀਟੀਕਲੀ ਗੱਲ ਕਰ ਰਿਹਾ, ਉਹ ਜੇ ਨਹੀਂ ਆਏ ਪਤਾ ਨਹੀਂ ਲੋਕ ਸਾਡੇ ਕਿਸ ਵਹਿਣ 'ਚ ਬਹਿ ਗਏ ਆ, ਕੀ ਕਰ ਰਿਹਾ। ਉਸ ਤੋਂ ਮੈਂ ਜਾਂ ਮੇਰੀ ਪਾਰਟੀ ਪਰਸਨਲੀ ਨਾਰਾਜ਼ ਜ਼ਰੂਰ ਆ ਵੀ ਫਰੀਦਕੋਟ ਤੋਂ ਅਤੇ ਜਿਹੜੇ ਉੱਥੋਂ ਬਠਿੰਡਾ ਤੋਂ ਜਿਹੋ ਜਿਹੇ ਰਿਜ਼ਲਟ ਹੋਣੇ ਚਾਹੀਦੇ ਸੀ ਉਹੋ ਜਿਹੇ ਰਿਜ਼ਲਟ ਨਹੀਂ। ਨਹੀਂ, ਫਰੀਦਕੋਟ ਨੇ ਜਿਹੜਾ ਨਤੀਜਾ ਦਿੱਤਾ ਕਾਂਗਰਸ ਨੂੰ ਜਿਤਾ ਕੇ ਗਲਤ ਦਿੱਤਾ, ਕਾਂਗਰਸ ਜਿਤਾ ਕੇ ਗਲਤ ਨਹੀਂ ਦਿੱਤਾ। ਮੈਂ ਉੱਥੇ ਕਹਿ ਰਿਹਾ ਵਾ ਜਿਹੜੀਆਂ ਤੀਜੇ ਫਰੰਟ ਦੀਆਂ, ਚਾਹੇ ਆਪ ਦੀ ਵੀ ਨਾਲ ਹੋਵੇ, ਜਿੰਨੀਆਂ ਵੋਟਾਂ ਉਹਨਾਂ ਨੂੰ ਮਿਲੀਆਂ ਨਹੀਂ, ਉਹ ਮਿਲੀਆਂ ਨਹੀਂ ਜਿੰਨੀਆਂ ਮਿਲਣੀਆਂ। ਨਹੀਂ, ਉਹਨਾਂ ਦੀ ਪਰਫਾਰਮੈਂਸ ਨਹੀਂ ਗਿਣੀ ਜਾਊਗੀ, ਪ੍ਰਸਾਦ ਸਿੰਘ ਹਰਾਂ ਦੀ ਪਰਫਾਰਮੈਂਸ ਕੀ ਸੀ ਉਹ ਨਹੀਂ ਗਿਣੀ ਜਾਊਗੀ। ਮੈਨੂੰ ਲੱਗਦਾ ਮਾਸਟਰ ਬਲਦੇਵ ਸਿੰਘ ਦੀ ਪਰਫਾਰਮੈਂਸ ਕੀ ਸੀ, ਉਹ ਨਹੀਂ ਗਿਣੀ ਜਾਊਗੀ। ਮੈਨੂੰ ਲੱਗਦਾ ਵੀ ਸ਼ਾਇਦ ਇਸੇ ਕਰਕੇ ਹੀ ਪਰਫਾਰਮੈਂਸ ਹੀ ਗਿਣੀ ਗਈ ਉਹਨਾਂ ਦੀ, ਪਰਫਾਰਮੈਂਸ ਪੂਰ ਸੀ ਤਾਂ ਕਰਕੇ ਕੁਛ। ਦੇਖੋ ਗੱਲ ਕੀ ਸੀ ਕਿ ਬਰਗਾੜੀ ਬਹਿਬਲ ਕਾਂਡ ਦੇ ਵਿਰੁੱਧ ਜੋ ਤੀਸਰਾ ਮੋਰਚਾ, ਸਭ ਤੋਂ ਵੱਡੀ ਗੱਲ ਜਿਹੜੀ ਖਹਿਰਾ ਸਾਹਿਬ ਕਹਿੰਦੇ ਰਹੇ ਕਿ ਡੇਰਾ ਸਿਰਸਾ ਦੇ ਨਾਲ ਜਿਹੜਾ ਨਪਾਕ ਗੱਠਜੋੜ ਸੀ ਅਕਾਲੀ ਦਲ ਦਾ, ਅਤੇ ਜਿਹੜਾ ਮਾਸਟਰ ਬਲਦੇਵ ਸਿੰਘ ਸੀ ਉਹਦੇ ਉੱਪਰ ਵੀ ਇਹੋ ਜਿਹਾ ਦੋਸ਼ ਉਹਦੇ ਖੜਨ 'ਤੇ ਹੀ ਲੱਗ ਗਿਆ ਕਿ ਉਹ ਡੇਰਾ ਪ੍ਰੇਮੀਆਂ ਦੇ ਸੰਪਰਕ ਦੇ ਵਿੱਚ ਰਿਹਾ, ਡੇਰਾ ਪ੍ਰੇਮੀ ਉਹਨੂੰ ਕਿਹਾ ਗਿਆ। ਇਹ ਫੈਕਟਰ ਪਿਆ ਜਿਸ ਕਰਕੇ ਇਹ ਨਹੀਂ ਗਾ ਕਿ ਉੱਥੋਂ ਦੇ ਲੋਕ ਤੀਸਰੇ ਫਰੰਟ ਨੂੰ ਜਿਤਾਉਣਾ ਨਹੀਂ ਸੀ ਚਾਹੁੰਦੇ। ਜੇਕਰ ਤੁਸੀਂ ਉੱਥੇ ਕੈਂਡੀਡੇਟ ਸਾਰਿਆਂ ਦੀ ਸਲਾਹ ਦੇ ਨਾਲ ਸਹੀ ਦਿੱਤਾ ਹੁੰਦਾ ਤੇ ਅੱਜ ਹਾਲਾਤ ਹੋਰ ਹੋਣੇ ਸੀ, ਤੁਸੀਂ ਪਤਾ ਕਰ ਲਓ ਗਰਾਊਂਡ ਤੇ। ਦੂਜੀ ਜਿਹੜੀ ਗੱਲ ਹੈ ਜਿਹੜੀ ਖੇਤਰੀ ਪਾਰਟੀ ਅਸੀਂ ਇਹ ਗੱਲ ਕਰਦੇ ਹਾਂ ਕਿ ਜਿਹੜੀ ਅੱਜ ਅਸੀਂ ਨਿਰਾਸ਼ਾ ਇਸ ਗੱਲ ਦੀ ਲੈ ਰਹੇ ਹਾਂ ਤੇ ਪੰਜਾਬੀਆਂ ਦੇ ਉੱਤੇ ਇਸ ਗੱਲ ਦਾ ਭਾਰ ਪਾ ਰਹੇ ਹਾਂ, ਜਾਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਉਹਨਾਂ ਦੀ ਜ਼ਮੀਰ ਨਹੀਂ ਜਾਗੀ, ਪੰਜਾਬੀਆਂ ਦੀ ਜ਼ਮੀਰ ਜਾਗੀ ਸੀ। ਪੰਜਾਬ ਦੇ ਤੇ ਸਿੱਖ ਕੌਮ ਨੇ ਆਪਣੇ ਜਿਹੜਾ ਦਰਦ ਸੀ ਉਹਨੂੰ ਬਿਆਨ ਕਰਨਾ ਸੀ। ਦੇਖੋ ਸਭ ਕਰਕੇ ਪੀਡੀਏ ਨਹੀਂ ਚੱਲਿਆ। ਨਹੀਂ ਨਹੀਂ, ਮੈਂ ਗੱਲ ਮੇਰੀ ਗੱਲ ਪੂਰੀ ਤਾਂ ਹੋ ਲੈਂਦੇ ਹੋ। ਪਹਿਲੀ ਗੱਲ ਇਹ ਆ ਕਿ ਸਭ ਤੋਂ ਵੱਡਾ ਜਿਹੜਾ ਬੇਵਿਸ਼ਵਾਸੀ ਵਾਲਾ ਸੱਟ ਮਾਰੀ ਸੀ ਉਹ ਅਕਾਲੀ ਦਲ ਬਾਦਲ ਨੇ, ਕਿ ਉਹਨੇ ਪੰਥਕ ਪਰੰਪਰਾਵਾਂ ਤੋਂ ਉਲਟ ਜਾ ਕੇ ਜਿਹੜੇ ਫੈਸਲੇ ਕੀਤੇ, ਜਿਸ ਕਰਕੇ ਆ ਜਿਹੜੀਆਂ ਖੇਤਰੀ ਪਾਰਟੀਆਂ ਨਵੀਆਂ ਬਣੀਆਂ, ਨਹੀਂ ਤਾਂ ਬਣ ਨਹੀਂ ਸੀ ਸਕਦੀਆਂ। ਲੇਕਿਨ ਜਦੋਂ ਇਹ ਬਣ ਗਈਆਂ, ਉਹ ਹੁਣ ਜਿਹੜਾ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਖੇਤਰੀ ਪਾਰਟੀਆਂ ਦਾ ਭਵਿੱਖ ਨਹੀਂ, ਖੇਤਰੀ ਪਾਰਟੀਆਂ ਦਾ ਬਿਲਕੁਲ ਭਵਿੱਖ ਇਸ ਕਰਕੇ ਨਹੀਂ ਕਿ ਹੁਣ ਰਲਗੱਡ ਇਹ ਹੋ ਗਿਆ ਇੱਕ ਦੂਜੇ 'ਤੇ ਹੀ ਅਸੀਂ ਦੋਸ਼ ਲਾਈ ਜਾ ਰਹੇ ਹਾਂ, ਜਿਵੇਂ ਹੁਣ ਕਨਫਿਊਜ਼ਨ ਹੋਈ ਪਈ ਹੈ ਕਿ ਕਿਹੜੀ ਪਾਰਟੀ ਸਾਰੇ ਹੀ ਪੰਜਾਬੀ ਪੀਡੀਏ ਵਿੱਚ ਕਬੂਲ ਨਹੀਂ ਹੈਗੇ। ਬਿਲਕੁਲ ਕਬੂਲ ਨੇ, ਕਿਉਂ ਨਹੀਂ ਕਬੂਲ? ਲੇਕਿਨ ਉਹਨਾਂ ਦੇ ਫੈਸਲੇ ਕੁਝ ਸੀ ਜਲਦਬਾਜ਼ੀ ਵਾਲੇ, ਔਰ ਜਿਹੜੇ ਨੁਕਸਾਨ ਕੀਤਾ ਉਹਨਾਂ ਨੇ ਗੱਠਜੋੜ, ਉਹਨਾਂ ਫੈਸਲਿਆਂ ਕਰਕੇ ਨੁਕਸਾਨ ਹੋਇਆ। ਮੈਂ ਬੇਨਤੀ ਕਰਨਾ ਚਾਹੁੰਦਾ ਸਾਰਿਆਂ ਨੂੰ, ਅਸੀਂ ਰਿਅਲਿਸਟਿਕ ਹੋਈਏ। ਇਹਨਾਂ ਨੇ ਤਾਂ ਇੱਕ ਸੀਟ ਲੜੀ ਸੀ, ਚਲੋ ਮੈਂ ਜੇ ਸਿੱਧਾ ਹੀ ਆ ਜਾਵਾਂ, ਜੇ ਪੋਲੀਟੀਕਲ ਡਿਬੇਟਾਂ ਹੋਣੀਆਂ ਉੱਥੇ ਕੀ ਹਸ਼ਰ ਹੋਇਆ? ਨਹੀਂ, ਜੇ ਮੈਂ ਕਦਰਾਂ ਕੀਮਤਾਂ ਦੀ ਗੱਲ ਕਰਦਾ, ਜੇ ਮੈਂ ਕੁਛ ਮਰਿਆਦਾ ਜਾਂ ਪੰਜਾਬੀਅਤ ਦੀ ਗੱਲ ਕਰਦਾ, ਕੋਈ ਸੋਚ ਕੇ ਕਰ। ਇਹਨਾਂ ਨੇ ਫਤਿਹਗੜ੍ਹ ਸਾਹਿਬ ਲੜੀ ਸੀ, ਪੰਥਕ ਸੀਟ ਸੀਗੀ, ਇਹਨਾਂ ਨੇ ਤਾਂ ਪੰਥ ਦਾ ਪੂਰਾ ਉੱਥੇ ਕੀਤਾ ਸੀਗਾ। ਕੀ ਇਹ ਉਸ ਵੈਲਿਊਜ਼ ਨੂੰ ਜਗਾ ਸਕੇ ਆ? ਮੈਂ ਤੁਹਾਨੂੰ ਸੋਚਣ ਕੀ ਇਹ ਉਸ ਪੰਜਾਬ ਰਾਗੀ ਜੀ, ਠੀਕ ਹੈ, ਛੋਟਾ ਮੇਰੇ ਦਾ ਦੇਖ ਲੈਣਾ, ਇਸੇ ਕਰਕੇ ਨਹੀਂ ਜਾ ਸਕੀ, ਛੋਟਾ ਦੇਖ ਲੈਣਾ, ਕਨਫਿਊਜ਼ਨ ਬਹੁਤ ਵੱਡੀ। ਬ੍ਰੇਕ ਤੋਂ ਵਾਪਸ ਆਉਂਦੇ ਆ ਆ ਰਿਹਾ ਪੀਰੋ ਮਸਾ, ਬ੍ਰੇਕ ਤੋਂ ਵਾਪਸ ਆ ਰਹੇ ਆ। ਇਹ ਨਤੀਜੇ ਕੌਮੀ ਸਿਆਸਤ ਦੇ ਪੰਜਾਬ ਨੂੰ ਕਿੱਥੇ ਰੱਖਦੇ ਆ, ਪੰਜਾਬ ਦੀ ਸਿਆਸਤ ਨੂੰ ਕਿੱਥੇ ਰੱਖਦੇ ਆ, ਕਿ ਬਹੁਤ ਸਾਰੇ ਸਵਾਲ ਹੈਗੇ ਆ ਕਿ ਕੇਂਦਰ ਦੇ ਵਿੱਚ ਪੰਜਾਬੀਆਂ ਨੂੰ 3 ਕੁਰਸੀਆਂ ਮਿਲੀਆਂ, ਉਸ ਦਾ ਕੋਈ ਫਰਕ ਪਵੇਗਾ ਪੰਜਾਬ ਦੇ ਵਿੱਚ? ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਫਰਕ ਪਵੇਗਾ ਪੰਜਾਬ ਲਈ? ਨਤੀਜਾ ਨਿਚੋੜ ਹੈ ਕਿ ਬ੍ਰੇਕ ਤੋਂ ਵਾਪਸ ਆ ਕੇ ਫਿਰ ਸਵਾਲ ਪੁੱਛਣੇ ਜ਼ਰੂਰ ਹੈ। ਸਵਾਲ ਇੱਕੋ ਪੁੱਛ ਰਿਹਾ, ਲੋਕ ਸਭਾ ਦੇ ਚੋਣ ਨਤੀਜਿਆਂ ਨੇ ਪੰਜਾਬ ਦੀਆਂ ਸਿਆਸੀ ਧਿਰਾਂ ਨੂੰ ਕਿਹੜਾ ਸ਼ੀਸ਼ਾ ਦਿਖਾਇਆ? ਸੰਗੇੜਾ ਸਾਹਿਬ, ਤੁਸੀਂ ਕੀ ਕਰਨਾ ਚਾਹ ਰਹੇ ਸੀ? ਦੇਖੋ, ਮੈਂ ਇਸ ਮਤਲਬ ਕਿਸੇ ਦੇ ਵਿਰੁੱਧ ਨਹੀਂ ਬੋਲਣਾ ਚਾਹੁੰਦਾ, ਕਿਉਂਕਿ ਨੁਕਸਾਨ ਪਹਿਲਾਂ ਹੀ ਬਹੁਤ ਹੋ ਚੁੱਕਾ ਹੈ। ਪੀਰ ਮੁਹੰਮਦ ਜੀ ਨੇ ਖਹਿਰਾ ਸਾਹਿਬ ਦੀ ਗੱਲ ਕੀਤੀ ਹੈ, ਹੈਂਜੀ, ਖਹਿਰਾ ਸਾਹਿਬ ਦਾ ਸਮੁੱਚਾ ਰੋਲ ਹੀ ਨੈਗੇਟਿਵ ਹੈ। ਨਹੀਂ, ਇਹ ਹੱਸਣ ਦੀ ਗੱਲ ਨਹੀਂ ਹੈ ਧਾਨੀ ਸਾਹਿਬ, ਜਿਹੜੀ ਸੱਚਾਈ ਹੈ ਸਾਹਮਣੇ ਦਿਸਦੀ ਹੈ। ਪਹਿਲੀ ਗੱਲ ਤਾਂ ਜੇ ਖਹਿਰਾ ਸਾਹਿਬ ਨੇ ਇਲੈਕਸ਼ਨ ਲੜਨੀ ਸੀਗੀ ਖਡੂਰ ਸਾਹਿਬ ਤੋਂ ਲੜਦੇ, ਹੈਂਜੀ, ਆਪਣਾ ਜਿਹੜਾ ਏਰੀਆ ਉਹਨਾਂ ਨੂੰ ਪੈਂਦਾ ਆ। ਬਠਿੰਡੇ ਕਿਉਂ ਗਏ? ਫਿਰ ਦੋਸ਼ ਠੀਕ ਹੀ ਲੱਗਦੇ ਉਹਨਾਂ ਤੇ? ਨੰਬਰ 2 ਨਹੀਂ, ਸਭ ਗੱਲ ਸੁਣੋ, ਆਹ ਫਿਰ ਰੈਲੀ ਹੈ ਨਾ, ਰੈਲੀ ਤੋਂ ਗਲਤ ਲੈ ਲਿਆ ਨਾ ਸੰਕੇਤ। ਕੇਜਰੀਵਾਲ ਨੰਬਰ 2 ਕੀ ਕਰਨ ਗਿਆ ਸੀਗਾ?
झाड़ू अजे भी खहरा साहब ने घुट के फड़िया होया एम एल ए शिप छड़ना नहीं चाहते है कुछ माड़ी माड़ी मोटी जमीन रखो ना क्यों छट चुके झाड़ू घुट के फड़िया होया अजे भी टाइम मंगी जांदे आ वे एम एल ए शिप ले मैनूं जवाब देण दिओ इन्हां दोष तुसीं लोकां दा कढ़ी जांदे हो संगड़ा साहब इक सवाल लैणा संगड़ा साहब फिर तुसीं नैक्स्ट सवाल लैणा भेजता भगवंत नूं हराउण लई भगवंत नूं भगवंत पावे तो डरदा फरीदकोट तो झाड़ू गए अकाली दल हरसिमरत कौर बादल सारे जोर लग गया भगवान डिबेट कर रहे हैं ਸਿੰਘੜਾ ਸਾਹਿਬ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਤੁਹਾਡੇ ਦੋਨਾਂ ਦੇ ਵਿੱਚ ਆਪਸ ਵਿੱਚ ਕੋਈ ਹੁਣ ਰਿਸ਼ਤਾ ਚੰਗਾ ਹੋਣ ਦੇ ਸੰਕੇਤ ਹੈ ਜਾਂ ਨਹੀਂ ਕਿਉਂਕਿ ਸੂਚਨਾਵਾਂ ਮਿਲ ਰਹੀਆਂ ਕਿ ਤੁਸੀਂ ਇੱਕ ਦੂਜੇ ਨੂੰ ਫੋਨ ਕਰ ਰਹੇ ਹੋ ਹੁਣ ਇੱਥੇ ਤੁਸੀਂ ਲੜ ਰਹੇ ਹੋ ਖਹਿਰਾ ਸਾਹਿਬ ਦਾ ਪਰਸੋਂ ਬਿਆਨ ਸੀਗਾ ਕਿ ਮੈਂ ਆਮ ਆਦਮੀ ਪਾਰਟੀ ਦਾ ਵਰਕਾ ਪੱਕਾ ਹੀ ਪਾੜ ਦਿੱਤਾ ਪੰਜਾਬੀ ਟ੍ਰਿਬਿਊਨ ਪੜ੍ਹ ਲਿਓ ਜਿਹੜੇ ਆਗੂ ਵਰਕਾ ਪੱਕਾ ਹੀ ਪਾੜਨ ਦੇ ਆਦੀ ਹੋਣ ਉਹ ਕਦੀ ਵੀ ਸਿਆਸਤ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਨਹੀਂ ਸੰਗੜਾ ਸਾਹਿਬ ਮੇਰੇ ਸਵਾਲ ਦਾ ਜਵਾਬ ਤੁਸੀਂ ਆਪਦੇ ਤਰੀਕੇ ਨਾਲ ਦਿਓ ਮੈਂ ਤੁਹਾਨੂੰ ਸਵਾਲ ਸਿੰਪਲ ਕਰ ਰਿਹਾ ਖਹਿਰਾ ਸਾਹਿਬ ਨੂੰ ਛੱਡ ਕੇ ਕੀ ਜਿਹੜੇ ਬਾਕੀ ਐਮ ਐਲ ਏ ਤੁਹਾਡੇ ਨਾਲ ਟੁੱਟ ਕੇ ਗਏ ਸੀਗੇ ਜਾਂ ਰੁੱਸੇ ਹੋਏ ਆ ਜਾਂ ਤੁਹਾਡੇ ਤੋਂ ਪਾਸੇ ਰਹੇ ਹੈਗੇ ਉਹਨਾਂ ਨਾਲ ਜੁੜਨ ਦੇ ਸੰਕੇਤ ਹੈਗੇ ਕੱਲੇ ਬਿਲਕੁਲ ਹੈਗੇ ਅਸੀਂ ਖਹਿਰਾ ਸਾਹਿਬ ਨੂੰ ਵੀ ਛੱਡਣ ਨੂੰ ਤਿਆਰ ਖਹਿਰਾ ਸਾਹਿਬ ਨੂੰ ਪਾਸੇ ਰੱਖ ਕੇ ਤੁਸੀਂ ਜੁੜੋਗੇ ਅਸੀਂ ਤਾਂ ਖਹਿਰਾ ਸਾਹਿਬ ਨੂੰ ਵੀ ਪਾਸੇ ਰੱਖਣ ਨੂੰ ਤਿਆਰ ਨਹੀਂ ਹੈ ਅਸੀਂ ਤਾਂ ਸਾਰਾ ਕੁਝ ਸੋਚ ਸਕਦੇ ਹਾਂ ਪਰ ਉਹਦੇ ਲਈ ਕੇਪੀ ਜੀ ਪਹਿਲਾਂ ਹਾਲਾਤ ਬਣਨੇ ਹੁੰਦੇ ਆ ਪਹਿਲਾਂ ਉਹਦੇ ਲਈ ਮਾਹੌਲ ਤਿਆਰ ਹੁੰਦਾ ਹੈ ਫਿਰ ਗੱਲ ਬਣ ਉਹ ਤਾਂ ਨੇੜੇ ਤੇੜੇ ਵੀ ਨਹੀਂ ਆਇਆ ਠੀਕ 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 ਹੈ ਤੁਹਾਡੇ ਸਵਾਲ ਦਾ ਜਵਾਬ ਹੈ ਧਾਰਨੀ ਸਾਹਿਬ ਤੁਹਾਡਾ ਟਕਸਾਲੀਆਂ ਨਾਲ ਕੋਈ ਰਿਸ਼ਤਾ ਜੁੜਨ ਦੇ ਸੰਕੇਤ ਹੈਗੇ ਦੇਖੋ ਸਾਡਾ ਇਨ ਫਿਊਚਰ ਕੋਈ ਇਸ ਤਰ੍ਹਾਂ ਦਾ ਕੋਈ ਉਹ ਨਹੀਂ ਤੁਹਾਡੀਆਂ ਮੀਟਿੰਗਾਂ ਅਸਫਲ ਹੋਈਆਂ ਮੀਟਿੰਗ ਕੀਤੀ ਸੀ ਇਹਨਾਂ ਨਾਲ ਕੋਈ ਕੋਈ ਮੀਟਿੰਗ ਇਹਨਾਂ ਨਾਲ ਹੋਈ ਸੀ ਨਹੀਂ ਮੈਨੂੰ ਸਿੰਪਲ ਜਵਾਬ ਦਿਆ ਨਹੀਂ ਕੋਈ ਮੀਟਿੰਗ ਨਹੀਂ ਹੋਈ ਕੋਈ ਮੀਟਿੰਗ ਨਹੀਂ ਹੋਈ ਕੋਈ ਮੀਟਿੰਗ ਨਹੀਂ ਅੱਛਾ ਪੀਰ ਮਸਾ ਮੀਟਿੰਗ ਹੋਈ ਸੀ ਕੋਈ ਤੁਹਾਡੀ ਦੇਖੋ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹਨੂੰ ਇੱਕ ਜੁੱਟ ਕਰਨ ਵਾਸਤੇ ਬਹੁਤ ਵੱਡੀਆਂ ਕੋਸ਼ਿਸ਼ਾਂ ਮੇਰੀ ਗੱਲ ਸੁਣੋ ਨਹੀਂ ਨਹੀਂ ਜਵਾਬ ਦੇ ਦਿਓ ਬਹੁਤ ਵੱਡੀਆਂ ਜਵਾਬ ਨਹੀਂ ਹੈਗਾ ਨਾ ਦਿਓ ਤੁਸੀਂ ਕਹਿ ਦਿਓ ਮੀਟਿੰਗ ਹੋਈ ਜਾਂ ਨਹੀਂ ਹੋਈ ਬਸ ਕੋਈ ਮੀਟਿੰਗ ਨਹੀਂ ਕਰੀ ਕੋਈ ਮੀਟਿੰਗ ਨਹੀਂ ਹੋਈ ਦੋਨਾਂ 'ਚ ਕੋਈ ਸਮਝੌਤੇ ਦੀ ਗੱਲ ਨਹੀਂ ਹੋ ਰਹੀ ਨਹੀਂ ਕੋਈ ਅਲੱਗ ਅਲੱਗ ਰਾਹ ਰਹਿਣਗੇ ਨਹੀਂ ਅਲੱਗ ਅਲੱਗ ਰਾਹ ਕੀ ਅਸੀਂ ਇਹਨਾਂ ਨੂੰ ਬਾਹਰ ਕੱਢ ਦੇਣਾ ਨਹੀਂ ਜਵਾਬ ਦਿੰਦੇ ਅਸੀਂ ਇਹਨਾਂ ਨੂੰ ਬਾਹਰ ਕੱਢ ਦੇਣਾ ਦੋਨੇ ਡਿਪਲੋਮੈਟਿਕ ਹੋ ਤੁਸੀਂ ਸਾਰੇ ਡਿਪਲੋਮੈਟਿਕ ਹੋ ਨਹੀਂ ਨਹੀਂ ਅੰਦਰ ਖਾਤੇ ਮੀਟਿੰਗਾਂ ਵੀ ਕਰਦੇ ਦੱਸਦੇ ਵੀ ਨਹੀਂ ਮੇਰੀ ਗੱਲ ਮੇਰਾ ਜਵਾਬ ਨਹੀਂ ਇਸ ਤਰ੍ਹਾਂ ਦੀ ਕੋਈ ਮੀਟਿੰਗ ਨਹੀਂ ਦੇਖੋ ਆ ਤਾਰੀ ਸਾਹਿਬ ਗੱਲ ਸੁਣ ਆ ਰਹੇ ਵੀਰ ਮਸਾ ਦੇਖੋ ਜੋ ਅੱਜ ਡਿਬੇਟ ਦੇਖ ਰਹੇ ਲੋਕ ਹੈ ਉਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ ਉਹਦਾ ਤਾਂ ਹਾਲ ਦੇਖੇ ਲਿਆ ਵੀ ਇਹ ਜਿਹੜਾ ਹੈਗਾ ਇਲੈਕਸ਼ਨਾਂ ਦੇ ਵਿੱਚ ਇਹਨਾਂ ਦਾ ਹਾਲਤ ਕੀ ਹੈਗੀ ਹੈ ਉਹ ਲੋਕ ਇੱਥੇ ਦੇਖ ਰਹੇ ਹਾਂ ਅੱਜ ਡਿਬੇਟ ਦੇ ਵਿੱਚ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਕਾਊਂਟਰ ਕਰਕੇ ਅਟੈਕ ਰੱਖਿਆ ਕਾਂਗਰਸ ਦੇ ਉੱਤੇ ਇਹਨਾਂ ਦਾ ਕੋਈ ਅਟੈਕ ਨਹੀਂ ਸੀ ਹੈਗਾ ਔਰ ਅਟੈਕ ਕਰਨ ਦਾ ਜਿਹੜਾ ਇੱਕੋ ਇੱਕ ਜਿਹੜਾ ਤੀਰ ਸੀ ਜਿਹੜਾ ਇਹਨਾਂ ਕੋਲ ਉਹ ਸੀ ਬਰਗਾੜੀ ਇਸ ਤੋਂ ਬਿਨਾਂ ਇਹਨਾਂ ਕੋਲ ਕੋਈ ਉਹਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵੋਟ ਬੈਂਕ ਹੈਗਾ ਉਹ ਵਧਿਆ ਪਰਸੈਂਟੇਜ ਆਫ ਵੋਟ ਵਧਿਆ ਹੈਗਾ 15 ਸੀਟਾਂ ਜਿੱਤੇ ਹੋ ਤੁਸੀਂ ਵਿਧਾਨ ਸਭਾ ਦੀਆਂ ਹੁਣ 15 ਸੀਟਾਂ ਤੇ ਲੀਡ ਕੀਤੀ ਹੈ ਤੁਸੀਂ ਠਹਿਰ ਤਾਂ ਜਾਓ ਤੁਸੀਂ ਸਾਡੇ ਨਾਲ ਹੀ ਹੁੰਦੇ ਸੀ ਹਾਂਜੀ ਉਦੋਂ ਤਾਂ ਤੁਸੀਂ ਵੀ ਬੋਲਦੇ ਨਹੀਂ ਐਨ ਗੁਰਸਿੱਖ ਨਾਲ ਹੁੰਦੇ ਸੀ ਸਾਡੇ ਤੇ ਉਹ ਜਦੋਂ ਹੁਣ ਤੁਹਾਡੀ ਹਾਲਤ ਦੱਸਦਾ ਮੈਂ ਚਲੋ ਧਾਰਨੀ ਸਾਹਿਬ ਛੱਡੋ ਤੁਸੀਂ ਦੂਜਿਆਂ ਦੀ ਹਾਲਤ ਕੁਛ ਨਹੀਂ ਆਪਦੀ ਹਾਲਤ ਦੀ ਗੱਲ ਕਰੋ ਸਾਡੇ ਤੇ ਬੋਲਦੇ ਨੇ ਅਟੈਕ ਇਹਨਾਂ ਦੇ ਡਾਕਟਰ ਨੇ ਦੇਖੋ ਇਹਨਾਂ ਦੀ ਹਾਲਤ ਇਹ ਆ ਤੁਹਾਨੂੰ ਜਸ਼ਨ ਮਨਾਉਣੇ ਚਾਹੀਦੇ ਆ ਕਿ ਤੁਸੀਂ ਤੁਹਾਡਾ ਵੋਟ ਸ਼ੇਅਰ ਵਧਿਆ ਬਿਲਕੁਲ ਨਹੀਂ ਅਸੀਂ ਜਸ਼ਨ ਮਨਾਉਣਾ ਕੀ ਮਨਾਉਣਾ ਚਾਹੀਦਾ ਤੁਹਾਨੂੰ ਜਿੱਦਾਂ ਬਾਰੇ ਵਿਦੇ ਬਾਰੇ ਹਾਂ ਜਿਸ ਦਿਨ 23 ਤਰੀਕ ਨੂੰ ਰਿਜ਼ਲਟ ਆਇਆ 24 ਤਰੀਕ ਨੂੰ ਅਸੀਂ ਦੁਆਰਾ ਮੁਹਿੰਮ ਤੇ ਸ਼ੁਰੂ ਕਰ ਦਿੱਤਾ ਸੀ ਔਰ ਅਸੀਂ ਲੋਕਾਂ ਦੇ ਦਿਲਾਂ ਦੇ ਵਿੱਚ ਜੋ ਭਰਮ ਭੁਲੇਖੇ ਜੋ ਅੱਜ ਵੀ ਚੈਨਲਾਂ ਤੇ ਚੱਲ ਰਹੇ ਹੈਗਾ ਜੋ ਬਰਗਾੜੀ ਬਾਰੇ ਇਹਨਾਂ ਨੇ ਜਿਹੜੀ ਹੈਗੀ ਸੈੱਟ ਦੀ ਰਿਪੋਰਟ ਪੇਸ਼ ਕਰਾਈ ਹੈਗੀ ਆ ਉਹ ਮੈਂ ਪੜ੍ਹੀ ਹੈਗੀ ਆ ਬਤੌਰ ਵਕੀਲ ਮੈਂ ਜਾਣਦਾ ਉਹਦੇ ਵਿੱਚ ਕੀ ਹੈਗਾ ਪਰ ਲੋਕਾਂ ਨੂੰ ਕੁਛ ਨਹੀਂ ਇਹਦੇ ਬਾਰੇ ਪਤਾ ਹੈਗਾ ਇਸ ਕਰਕੇ ਇਹਨਾਂ ਨੇ ਜਿਹੜਾ ਜੋੜ ਲਾਉਣਾ ਲਾ ਲੈਣ ਟਾਈਮ ਹੈਗਾ ਲੋਕ ਸਮਝ ਜਾਣਗੇ ਠੀਕ ਹੈ ਪ੍ਰਸ਼ਨ ਲੋਕਾਂ ਨੇ ਤੁਹਾਨੂੰ ਸਬਕ ਸਿਖਾਤਾ ਫੇਕ ਹੀ ਜਾਣੇ ਲੋਕਾਂ ਨੂੰ ਕੁਛ ਨਹੀਂ ਪਤਾ ਇਹੀ ਬਰਾਗੀ ਸਾਹਿਬ ਕਹੀ ਜਾ ਰਹੇ ਆ ਲੋਕਾਂ ਦਾ ਨਹੀਂ ਕਸੂਰ ਆਪਣੀ ਪਰਫਾਰਮੈਂਸ ਸੁਧਾਰੋ ਇੱਕ ਮਿੰਟ
ਇਹ ਸਾਰੇ ਇੱਕ ਦੂਜੇ ਨੂੰ ਕਹਿ ਰਹੇ ਕਿ ਲੋਕਾਂ ਨੇ ਤੁਹਾਨੂੰ ਸਬਕ ਸਿਖਾਤਾ, ਤੁਹਾਨੂੰ ਸਬਕ ਸਿਖਾਤਾ। ਅਸਲ ਵਿੱਚ ਲੋਕਾਂ ਨੇ ਸਬਕ ਸਿਖਾਇਆ ਕਿਹਨੂੰ ਹੈ ਪ੍ਰਸਮ ਜੀ? ਸੇ ਲੋਕੀ ਅਸਲ 'ਚ ਤਾਂ ਦੁਖੀ ਆ, ਬਿਲਕੁਲ ਆਹ ਗੱਲ ਇਹ ਆਹ ਗੱਲ ਹਾਂ, ਅਸਲੀ ਗੱਲ ਤਾਂ ਇਹ ਆ। ਮੈਨੂੰ ਇਹਦੇ 'ਚ ਕੋਈ ਦੁਬਧਾ ਨਹੀਂ ਕਹਿਣ ਦੇ ਵਿੱਚ ਕਿ ਜਿਹੜੀਆਂ ਕਾਂਗਰਸ ਨੂੰ ਵੀ 8 ਸੀਟਾਂ ਮਿਲੀਆਂ ਉਹਨਾਂ ਨੂੰ ਕੋਈ ਬਹੁਤੀ ਖੁਸ਼ੀ ਮਨਾਉਣ ਵਾਲੀ ਗੱਲ ਨਹੀਂ ਹੈ। ਉਹ ਰੂਲਿੰਗ ਪਾਰਟੀ ਆ, ਅਜੇ ਉਹਨਾਂ ਦੇ 3 ਸਾਲ ਹੋਰ ਹੈਗੇ ਆ, ਲੋਕਾਂ ਨੇ ਕੰਮ ਵੀ ਲੈਣੇ ਆ। ਚਲੋ ਪੰਚਾਇਤਾਂ ਤੱਕ ਥੱਲੇ ਹੁਣੇ ਪੰਚਾਇਤਾਂ ਦੀਆਂ ਚੋਣਾਂ ਹੋ ਕੇ ਹਟੀਆਂ, ਉਹਦੇ 'ਚ ਵੀ ਉਹਨਾਂ ਨੇ ਆਪਣੀ ਜੜ ਜਿਹੜੀ ਮਜ਼ਬੂਤ ਕੀਤੀ, ਜਿਵੇਂ ਹੁੰਦਾ ਹੀ ਹਰ ਵਾਰੀ ਪੰਚਾਇਤਾਂ ਨੂੰ ਲੋਕ ਕਹਿੰਦੇ ਆ ਲੁੱਟ ਲਿਆ ਜਾਂਦਾ ਵਟ ਐਵਰ ਜੋ ਵੀ ਹੈ। ਉਹਦੇ ਕਰਕੇ ਮੇਰਾ ਖਿਆਲ ਹੈ ਕਿ ਐਂ ਕੋਈ ਬਹੁਤ ਜਿਵੇਂ ਸ਼ੁਰੂ 'ਚ 2017 'ਚ ਇਹਨਾਂ ਨੂੰ ਕਾਂਗਰਸ ਨੂੰ ਖੁਸ਼ ਹੋ ਕੇ ਵੋਟਾਂ ਪਾਈਆਂ ਸੀ ਵੀ 10 ਸਾਲ ਤੋਂ ਬਾਅਦ ਚਲੋ ਹੁਣ 77 ਸੀਟਾਂ ਦਿੱਤੀਆਂ, ਉਸ ਤਰ੍ਹਾਂ ਦਾ ਨਹੀਂ ਹੁਣ ਹੈਗਾ। ਜਿਹੜੀ ਗੱਲ ਵਾਰ ਵਾਰ ਲੋਕਾਂ ਦੀ ਮਜਬੂਰੀ 'ਚ ਵੋਟਾਂ ਪਾਈਆਂ, ਇਹ ਇਹਨੇ ਵੇਖ ਕੇ ਉਹਨਾਂ ਕੋਲ ਕੋਈ ਹੋਰ ਚੋਇਸ ਨਹੀਂ ਸੀ, ਬਦਲ ਹੈ ਨਹੀਂ ਸੀ, ਬਦਲ ਨਹੀਂ ਸੀ। ਇਸ ਲਈ ਤੁਸੀਂ ਵਾਰ ਵਾਰ ਕਹਿ ਰਹੇ ਤੀਜੇ ਬਦਲ ਦੀ ਥਾਂ ਖਾਲੀ ਹੈ, ਬਿਲਕੁਲ ਖਾਲੀ ਹੈਗਾ, ਪਰ ਤੀਜਾ ਬਦਲ ਤੀਜੇ ਦੇ ਤੌਰ 'ਤੇ ਆਉਂਦਾ ਹੀ ਨਹੀਂ। ਮੈਂ ਇੱਕ ਚੈਨਲ ਦੇ ਉੱਤੇ ਇਹ ਕਿਹਾ ਸੀ ਵੀ ਸਾਰੇ ਜਿਹੜੇ ਜਿੰਨੇ ਵੀ ਆ, ਬੈਂਸ ਬ੍ਰਦਰਸ ਆ, ਖਹਿਰਾ ਸਾਹਿਬ ਹੈਗੇ ਆ, ਗਾਂਧੀ ਜੀ ਹੈਗੇ, ਹੁਣ ਤੁਸੀਂ ਇਕੱਲੇ ਇਕੱਲੇ ਦਾ ਮਾੜਾ ਜਿਹਾ ਮੈਂ ਲੰਬੀ ਕਹਾਣੀ ਨਹੀਂ ਪਾਊਂ। ਗਾਂਧੀ ਜੀ 5 ਸਾਲ MP ਰਹੇ ਆਮ ਆਦਮੀ ਪਾਰਟੀ ਦੇ, ਅਤੇ ਪਾਣੀ ਪੀ ਪੀ ਕੇ ਗਾਲਾਂ ਕੱਢਦੇ ਰਹੇ ਆਮ ਆਦਮੀ ਪਾਰਟੀ ਨੂੰ। ਇਹ ਕਿੰਨਾ ਕੁ ਠੀਕ ਹੈ ਕਿ ਲੋਕ ਨਹੀਂ ਦੇਖਦੇ? ਠੀਕ ਹੈ, ਗਾਂਧੀ ਜੀ ਬੜੇ ਚੰਗੇ ਆ, ਸਾਡੇ ਮਿੱਤਰ ਵੀ ਆ, ਚੰਗਾ ਮਤਲਬ ਗੱਲਾਂ ਵੀ ਚੰਗੀਆਂ ਕਰਦੇ ਆ, ਮੋਰਲੀ ਵੀ ਅਪਰਾਈਟ ਆ, ਪਰ ਆਹ ਗੱਲ 'ਤੇ ਕਿਸੇ ਨੂੰ ਕੋਈ ਡਾਈਜੈਸਟ ਨਹੀਂ ਹੁੰਦੀ ਹੈਗੀ। ਇਸੇ ਤਰੀਕੇ ਦੇ ਨਾਲ ਬੀਰ ਦਵਿੰਦਰ ਨੂੰ ਜਿਹੜਾ ਇਹਨਾਂ ਨੇ ਮੇਰੇ ਵੀਰਾਂ ਨੇ ਕੈਂਡੀਡੇਟ ਖੜਾ ਕੀਤਾ, ਹੁਣ ਉਹਨਾਂ ਦਾ ਬਾਰੇ ਕੌਣ ਨਹੀਂ ਜਾਣਦਾ? ਇਸ ਕਰਕੇ ਕਿਵੇਂ ਆਪਾਂ ਲੋਕਾਂ ਨੂੰ ਕਿਉਂ ਦੋਸ਼ ਦਿੰਦੇ ਹਾਂ ਕਿ ਲੋਕ ਉਹਨਾਂ ਨੂੰ ਦੇਖਦੇ ਨਹੀਂ? ਲੋਕ ਤਾਂ ਰੋਜ਼ ਆਪਣਾ ਮੀਟਰ ਲਾ ਕੇ ਦੇਖਦੇ, ਹਰ ਬੰਦੇ ਨੂੰ ਦੇਖਦੇ, ਹਰ ਕੈਂਡੀਡੇਟ ਦੀ ਸਟੇਟਮੈਂਟ ਪੜ੍ਹਦੇ ਆ, ਉਹ ਦੇਖਦੇ ਆ। ਇਸ ਤਰ੍ਹਾਂ ਨਹੀਂ, ਜਿਹੜੀ ਬਲਦੇਵ ਦੀ ਉਹ ਵੀ ਇਹੀ ਗੱਲ ਕਿ ਤੁਸੀਂ ਅਜੇ ਰਿਜ਼ਾਈਨ ਵੀ ਨਹੀਂ ਕੀਤਾ, ਖਹਿਰਾ ਸਾਹਿਬ ਨੇ ਰਿਜ਼ਾਈਨ ਨਹੀਂ ਕੀਤਾ, ਮਤਲਬ ਤੁਸੀਂ ਨਾਲ ਆਪਣੇ ਦੂਜੀ ਨਵੀਂ ਪਾਰਟੀ ਵੀ ਬਣਾ ਲਈ, ਉਹਦੇ ਵੱਲੋਂ ਲਾਲਾ ਵੀ ਕਰਤੀ, ਬਲਦੇਵ ਨੇ ਵੀ ਰਿਜ਼ਾਈਨ ਨਹੀਂ ਕੀਤਾ, ਜਾਂ ਮਨਜ਼ੂਰ ਨਹੀਂ ਹੋਇਆ ਜਾਂ ਕੀਤਾ ਨਹੀਂ ਹੈ। ਅਤੇ ਤੁਸੀਂ ਲੋਕ ਕਹਿੰਦੇ ਵੀ ਅਸੀਂ ਤਾਂ ਤੁਹਾਨੂੰ MLA ਚੁਣ ਕੇ ਭੇਜਿਆ ਸੀ, ਤੁਹਾਨੂੰ 5 ਸਾਲ ਲਈ ਭੇਜਿਆ ਸੀ, ਤੁਸੀਂ ਹੋਰ ਹੀ ਕੁਝ ਉੱਥੇ ਕਰਕੇ ਆਪਣੀ ਰਾਜਨੀਤੀ ਕਰਕੇ, ਅਤੇ ਆਹ ਇੱਕ ਵੱਡਾ ਜੱਫਾ ਮਾਰਨ ਲਈ ਕਿ ਅਸੀਂ ਹੁਣ ਪਾਰਲੀਮੈਂਟ ਜਾਵਾਂਗੇ, ਇੱਥੇ ਤਾਂ ਅਸੀਂ ਜਿੱਤ ਲਿਆ ਵਾ, ਪੰਜਾਬ 'ਤੇ ਜਿੱਤ ਲਿਆ, ਇਹ ਲੋਕ ਮਨਜ਼ੂਰ ਨਹੀਂ ਕਰਦੇ। ਇਸ ਕਰਕੇ ਨਾ ਸਾਨੂੰ ਜਦੋਂ ਆਪਣਾ ਐਨਾਲਿਸਿਸ ਕਰਨਾ, ਲੋਕਾਂ ਨੂੰ ਨਾ ਦੋਸ਼ ਦੇਈਏ, ਆਪਾਂ ਆਪਣੇ ਅੰਦਰ ਕੀ ਕਮੀਆਂ ਰਹੀਆਂ ਉਹਨੂੰ ਸੋਚੀਏ। ਇਹ ਬਹੁਤ ਬਹੁਤ ਮਹੱਤਵਪੂਰਨ ਪੁਆਇੰਟ ਹੈ ਕਿ ਸਿਆਸੀ ਪਾਰਟੀਆਂ ਨੂੰ ਖੁਦ ਪੜਚੋਲ ਕਰਨੀ ਪਵੇਗੀ, ਉਹਨਾਂ ਨੇ ਕੀਤਾ ਕੀ ਹੈਗਾ ਪੰਜਾਬੀਆਂ ਦੇ ਲਈ। ਪੰਜਾਬੀਆਂ ਦੇ ਕੋਲ ਜਿਹੜਾ ਬਦਲ ਸੀਗਾ, ਪੰਜਾਬੀਆਂ ਨੇ ਚੁਣ ਲਿਆ, ਪੰਜਾਬੀ ਇਸ ਤੋਂ ਉੱਤੇ ਕੁਛ ਨਹੀਂ ਕਰ ਸਕਦੇ ਸੀਗੇ, ਪਰ ਲੋਕਾਂ ਨੂੰ ਤੁਸੀਂ ਦੋਸ਼ ਨਹੀਂ ਦੇ ਸਕਦੇ। ਲੋਕਾਂ ਨੇ ਜੋ ਉਹਨਾਂ ਕੋਲ ਬਿਹਤਰ ਸੀ, ਜੋ ਉਹਨਾਂ ਕੋਲ ਸਮੇਂ ਸੀ, ਜੋ ਉਹਨਾਂ ਨੂੰ ਜਾਗਰੂਕਤਾ ਦਿੱਤੀ ਗਈ, ਉਹਨਾਂ ਨੇ ਉਹ ਕੀਤਾ ਹੈਗਾ, ਪਰ ਫੈਸਲਾ ਪੰਜਾਬੀਆਂ ਨੇ ਹਜੇ ਹੋਰ ਬਹੁਤ ਵੱਡੇ ਕਰਨੇ ਹੈਗੇ ਆ। ਪੰਜਾਬ ਹੈ ਜਿਹੜਾ ਉਹ ਬਾਕੀ ਸੂਬਿਆਂ ਦੇ ਨਾਲੋਂ, ਬਾਕੀ ਮੁਲਕ ਦੇ ਨਾਲੋਂ ਜਦੋਂ ਸਿਆਸਤ ਦਾ ਫੈਸਲਾ ਹੁੰਦਾ ਵੱਖਰਾ ਫੈਸਲਾ ਕਰਦਾ ਹੈਗਾ, ਪੰਜਾਬ ਕੋਲ ਹਜੇ ਵੱਖਰਾ ਫੈਸਲਾ ਕਰਦੇ ਹੋਰ ਅਖਤਿਆਰ ਬਾਕੀ ਹੈਗੇ ਆ। ਖੁਦ ਮੁਖਤਿਆਰੀ ਦੀ ਲੜਾਈ ਲੜਦੇ ਪਏ ਹੈਗੀਆਂ ਸਾਰੀਆਂ ਸਿਆਸੀ ਪਾਰਟੀਆਂ, ਪਰ ਅਸਲ ਵਿੱਚ ਉਹ ਪੰਜਾਬੀਆਂ ਲਈ ਲੜਾਈ ਲੜਦੇ ਪਏ ਜਾਂ ਆਪਦੇ ਲਈ ਲੜਦੇ ਪਏ ਹੈਗੇ? ਬਹੁਤ ਸਾਰੇ ਸਵਾਲ ਹੈਗੇ ਆ, ਕੁਰਸੀ ਲੜਾਈ ਹੈਗੀ ਆ ਜਾਂ ਪੰਜਾਬੀਆਂ ਲੜਾਈ ਹੈਗੀ ਆ? ਬ੍ਰੇਕ ਤੋਂ ਵਾਪਸ ਆ ਕੇ ਕੁਝ ਹੋਰ ਸਵਾਲ ਹੋਣਗੇ ਜ਼ਰੂਰ। ਸਵਾਲ ਇੱਕੋ ਪੁੱਛ ਰਿਹਾ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਲੋਕ ਸਭਾ ਦੇ ਚੋਣ ਨਤੀਜਿਆਂ ਨੇ ਪੰਜਾਬ ਦੀਆਂ ਸਿਆਸੀ ਧਿਰਾਂ ਨੂੰ ਕਿਹੜਾ ਸ਼ੀਸ਼ਾ ਦਿਖਾਇਆ? ਪੀਰ ਮੁਹੰਮਦ ਸਾਹਿਬ, ਸਵਾਲ ਬੜਾ ਸਧਾਰਨ ਹੈਗਾ, ਸ਼੍ਰੋਮਣੀ ਅਕਾਲੀ ਦਲ ਦਾ ਨਾਮ ਬੜਾ ਵੱਡਾ ਹੈਗਾ, ਕੁਰਬਾਨੀਆਂ ਦੇ ਕੇ ਇਹ ਨਾਮ ਕੌਮ ਨੇ ਹਾਸਲ ਕੀਤਾ ਹੈਗਾ, ਬਹੁਤ ਵੱਡਾ ਨਾਮ ਹੈਗਾ, ਇਹਦੇ ਨਾਲ ਸ਼ਬਦ ਬੜੇ ਜੋੜਦੇ ਰਹੇ ਆ ਤੁਸੀਂ, ਟਕਸਾਲੀ ਸ਼ਬਦ ਜੋੜ ਕੇ ਉਸਨੂੰ ਅੱਗੇ ਵਧਾ ਲਿਆ, ਬਹੁਤਿਆਂ ਨੇ ਕਿਸੇ ਨੇ ਕੋਈ ਹੋਰ ਸ਼ਬਦ ਜੋੜਿਆ, ਕਿਸੇ ਨੇ ਹੋਰ ਸ਼ਬਦ ਜੋੜਿਆ, ਜਿੰਨੀਆਂ ਕਿਸਾਨ ਯੂਨੀਅਨ ਹੈਗੀਆਂ ਮੋਸਟਲੀ ਉਨੀਆਂ ਕੁ ਸ਼੍ਰੋਮਣੀ ਅਕਾਲੀ ਦਲ ਵੀ ਇੱਥੇ ਬਣੇ ਹੋਏ ਹੈਗੇ। ਸਵਾਲ ਇਹ ਹੈਗਾ ਕਰਨਾ ਸੀ ਪੀਰ ਮੁਹੰਮਦ ਸਾਹਿਬ, ਜਿਹੜੀ ਸ਼੍ਰੋਮਣੀ ਅਕਾਲੀ ਦਲ ਮੌਜੂਦਾ ਪਾਰਟੀ ਹੈਗੀ ਜਿਹਦੇ 2 MP ਉੱਥੋਂ ਜਿੱਤ ਕੇ ਗਏ ਹੈਗੇ ਆ, ਸਵਾਲ ਇਹ ਹੈਗਾ ਉਹਦਾ ਬਦਲ ਸ਼੍ਰੋਮਣੀ ਅਕਾਲੀ ਦਲ ਵਰਗਾ ਕੋਈ ਹੋਰ ਹੈ ਜਾਂ ਨਹੀਂ ਹੈ ਪੰਜਾਬ ਦੇ ਵਿੱਚ? ਦੇਖੋ ਜਦੋਂ ਵੀ ਹੁਣ ਹੋਵੇਗੀ ਏਕਤਾ, ਇਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਹੀ ਰਹੇਗਾ, ਉਹਦੇ ਵਿੱਚ ਬਾਦਲ, ਟੌੜਾ, ਤਲਵੰਡੀ ਸ਼ਬਦ ਜਿਹੜੇ ਪਿਛਲੇ ਰਵਾਇਤੀ ਸ਼ਬਦ ਬਣ ਗਏ ਸੀ ਕਿ ਨਾਵਾਂ ਦੇ ਨਾਲ ਪਾਰਟੀ, ਇੰਡੀਵਿਜੁਅਲ ਬੰਦਿਆਂ ਦੇ ਨਾਲ ਪਾਰਟੀ ਚੱਲਦੀ ਹੈ, ਉਹ ਬਾਦਲ ਪਰਿਵਾਰ ਨੇ ਇੱਕ ਬੜਾ ਵੱਡਾ ਪ੍ਰਸ਼ਨ ਚਿੰਨ੍ਹ ਲਾ ਕੇ ਉਸ ਗੱਲ ਨੂੰ ਇੱਕ ਜਾਗਰਤ ਕਰ ਦਿੱਤਾ ਹੈ ਕਿ ਇਹ ਜਿਹੜੀ ਪੰਥਕ ਪਾਰਟੀ ਸੀ ਕੀ ਉਹ ਪਰਿਵਾਰਾਂ ਦੇ ਵਿੱਚ ਵੰਡੀ ਜਾਏਗੀ। ਸੋ ਇਸੇ ਕਰਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਦਮ ਹੋ ਸਕਦਾ ਹੈ, ਪਰ ਉਹ ਕਹਿੰਦੇ ਆ ਕਿ ਸਾਡੀ ਜਿਹੜੀ ਪਾਰਟੀ ਰਜਿਸਟਰਡ ਹੈਗੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੇ ਆ। ਨਹੀਂ, ਸ਼੍ਰੋਮਣੀ ਅਕਾਲੀ ਦਲ ਫਿਰ ਬਾਦਲ ਸ਼ਬਦ ਦਾ ਇਤਰਾਜ਼ ਕਿਉਂ? ਇਹਨਾਂ ਨੂੰ ਇਤਰਾਜ਼ ਕਰਨਾ ਚਾਹੀਦਾ, ਇਹ ਹਰ ਜਗ੍ਹਾ ਦੇ ਉੱਤੇ ਵਰਤਦੇ ਆ, ਹਰ ਜਗ੍ਹਾ ਦੇ ਉੱਤੇ ਵਰਤਦੇ ਆ ਇਹ ਬਾਦਲ ਸ਼ਬਦ ਜਿਹੜਾ ਹੈ ਉਹਨੂੰ ਇੰਨਾ ਕੁ ਇਹਨਾਂ ਨੇ ਪ੍ਰਜੈਂਟ ਕਰ ਦਿੱਤਾ ਹਰ ਜਗ੍ਹਾ ਦੇ ਉੱਤੇ। ਉਹ ਹੁਣ ਤੁਸੀਂ ਆਹ ਹੀ ਦੇਖ ਲਓ, ਇਹਨਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਸੀ ਕਿ ਨਹੀਂ, ਜੇ ਰਾਹੁਲ ਗਾਂਧੀ ਅਸਤੀਫਾ ਦੇ ਰਿਹਾ ਹੈ, ਜੇ ਇੱਥੇ ਸੁਨੀਲ ਜਾਖੜ ਅਸਤੀਫਾ ਦੇ ਰਿਹਾ ਹੈ, ਤਾਂ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਸੀ ਕਿ ਨਹੀਂ ਦੇਣਾ ਚਾਹੀਦਾ? ਉਹ ਕਹਿੰਦਾ
पर मेरी पार्टी पूरी हार गई है, मैं नैतिक जिम्मेवारी लैना। नैतिक जिम्मेवारी धारते तुहानू जिहड़ी तुसी जिहड़ी छोटियां पार्टियां तुहाडे प्रधान नूं इस्तीफा देना चाहिए। नहीं, साडे प्रधान ने देखो, साडे प्रधान ने खंडूर साहब हलके तो जिहड़ी सिधांतक लड़ाई लड़दे आ इहनां नूं हराया, उत्थे हराया आपदे हलके दे विचों ਉਹ ਦੂਜੇ ਨੰਬਰ ਤੇ ਆਏ ਆ ਕਾਂਗਰਸ। ਇਹੀ ਤੁਹਾਡੀ ਪ੍ਰਾਪਤੀ ਆ? ਨਹੀਂ, ਪ੍ਰਾਪਤੀ ਪਰ ਕੀ ਸੀਟ ਅਕਾਲੀ ਦਲ ਤੋਂ ਖੋਲੀ? ਪ੍ਰਾਪਤੀ ਹੋਰ ਕੀ ਹੋ ਸਕਦੀ ਹੈ ਜਦੋਂ ਇੱਕ ਸਿਧਾਂਤਕ ਲੜਾਈ ਦੇ ਵਿੱਚ ਅਸੀਂ ਕਹਿ ਦਿੱਤਾ ਕਿ ਕਾਂਗਰਸ ਤੇ ਅਕਾਲੀ ਦਲ 'ਚ ਕੋਈ ਫਰਕ ਹੀ ਨਹੀਂ ਗਾ ਤੇ ਫਿਰ ਕੋਈ ਵੀ ਜਿੱਤ ਸਕਦਾ ਸੀ। ਠੀਕ ਠੀਕ, ਦੇਖੋ ਬੇਸਿਕਲੀ ਸੰਗੜਾ ਸਾਹਿਬ, ਸੰਗੜਾ ਸਾਹਿਬ ਮੈਂ ਇੱਕ ਸਵਾਲ ਤੁਹਾਡੇ ਲੈਣਾ ਸੰਗੜਾ ਸਾਹਿਬ, ਹੁਣ ਆਮ ਆਦਮੀ ਪਾਰਟੀ ਆਪ ਜਦੋਂ ਆਪਾਂ ਛੋਟੇ ਉਹਦੇ ਅੱਖਰਾਂ 'ਚ ਲਿਖਦੇ ਹੈਗੇ ਨਾਲ ਹੁਣ ਬ੍ਰੈਕਟ 'ਚ ਮਾਣ ਪਾ ਦਿਆ ਕਰੀਏ ਆਪ ਮਾਣ। ਮੈਂ ਤੁਹਾਨੂੰ ਕੇਪੀ ਸਿੰਘ ਜੀ ਇਹ ਗੱਲ ਦੱਸਾਂ, ਇਹਨਾਂ ਗੱਲਾਂ 'ਚ ਚਲੋ ਪੀਰ ਮੁਹੰਮਦ ਜੀ ਦੇ ਆਪਣੇ ਵਿਚਾਰ ਨੇ, ਵਿਸ਼ ਕਰਨਾ ਜਾਂ ਸੁਪਨੇ ਲੈਣੇ ਕੋਈ ਮਾੜੀ ਗੱਲ ਨਹੀਂ ਹੈ। ਮੈਂ ਬਿਲਕੁਲ, ਕਿਉਂਕਿ ਅੱਜ ਡਿਬੇਟ ਤੋਂ ਪਹਿਲਾਂ ਗੱਲ ਚੱਲੀ ਸੀ ਵੀ ਸੱਚ ਸੱਚ ਬੋਲਿਓ, ਵੀ ਲਿਫਾਫੇਬਾਜ਼ੀ ਨਾ ਕਰਿਓ ਹੈ ਜੀ। ਕੋਸ਼ਿਸ਼ ਆਪਾਂ ਸਾਰੇ ਆਪਣੀ ਆਪਣੀ ਪਾਰਟੀ ਨੂੰ ਡਿਫੈਂਡ ਕਰਦੇ ਹਾਂ, ਮੈਂ ਸੱਚ ਬੋਲਣ ਲੱਗਾ ਹਾਂ। ਇਸ ਵੇਲੇ ਪੰਜਾਬ ਦੇ ਸਿਆਸਤ ਦੇ ਪਿੜ ਦੇ ਵਿੱਚ ਹੈ ਨਾ, ਇਹਨਾਂ ਚੋਣਾਂ 'ਚ ਜੋ ਕੁਛ ਹੈਗਾ ਹੈ ਨਾ, ਉਹ ਇੱਦਾਂ ਟਕਸਾਲੀ ਤਾਂ ਹੈ ਹੀ ਨਹੀਂ ਕਿਤੇ, ਟਕਸਾਲੀਆਂ ਤਾਂ ਉਮੀਦਵਾਰ ਹੀ ਨਹੀਂ ਲੱਭੇ। ਕਾਂਗਰਸ ਪਾਰਟੀ ਮਕਬੂਲ ਹੋਈ ਹੈ ਲੋਕਾਂ 'ਚ, ਸ਼੍ਰੋਮਣੀ ਅਕਾਲੀ ਦਲ ਮਕਬੂਲ ਹੋਇਆ ਆ, ਤੀਜੀ ਧਿਰ ਦੇ ਤੌਰ 'ਤੇ ਆਮ ਆਦਮੀ ਪਾਰਟੀ ਮਕਬੂਲ ਹੋਈ ਆ, BSP ਪੁਰਾਣੀ ਪਾਰਟੀ ਆ ਉਹਨੂੰ ਲੋਕਾਂ ਨੇ ਬਹੁਤ ਵੋਟਾਂ ਪਾਈਆਂ, ਇਹ ਬਾਕੀ ਜਿਹੜੀ ਚੀਜ਼ਾਂ ਨਵੀਆਂ ਬਣੀਆਂ ਸੀ ਉਹ ਤਾਂ ਹੈ ਨਹੀਂ ਕਿਤੇ। ਸਪੇਸ ਆਪਣੇ ਆਪ ਬਣਨੀ ਹੁਣ, ਸਪੇਸ ਬਣਨੀ ਹੈ, ਕਿੱਥੋਂ ਬਣ ਜਾਊਗੀ? ਆਪਣੇ ਆਪ ਹੀ ਸਪੇਸ ਬਣਨੀ ਹੈ। ਬੰਦਾ ਤਾਂ ਆਇਆ ਨਹੀਂ ਹੈਗਾ, ਕਿਸੇ ਕੋਈ ਵੋਟ ਨਹੀਂ ਪਈ, ਲੋਕਾਂ ਨੇ ਜਿਹੜੀ ਫੁੱਟ ਪਾਊ ਕਾਰਵਾਈਆਂ ਆ ਉਹਨਾਂ ਨੂੰ ਨਾ ਕੀਤੀ ਆ। ਜਿਹੜੀਆਂ ਦੇਖੋ ਸਾਰੇ ਬੰਦੇ ਝਾੜੂ ਦਾ ਵਿਰੋਧ ਕਰਕੇ ਅੱਗੇ ਨਿਕਲਣਾ ਚਾਹੁੰਦੇ ਸੀਗੇ ਵੀ ਜਿਹੜਾ ਸਪੇਸ ਝਾੜੂ ਨੇ ਮਿਲਿਆ ਉਹ ਅਸੀਂ ਲੈ ਜਾਈਏ, ਲੋਕਾਂ ਨੇ ਨਹੀਂ ਦਿੱਤਾ। ਫਿਰ ਦਿੱਲੀ ਜੀ ਸਾਹਿਬ ਦੀ ਦਿੱਲੀ ਦੇ ਵਿੱਚ ਤੁਹਾਡੀ ਸਰਕਾਰ ਦੀ ਗੱਲ 'ਚ ਬੋਲਿਆ, ਉੱਥੇ ਤੁਹਾਡੀ ਪਰਫਾਰਮੈਂਸ ਕੀ ਨਿਰਾਸ਼ ਨੂੰ ਦਿਖਾਇਆ ਕਾਂਗਰਸ ਨੂੰ ਵੋਟ ਸੰਘੇੜਾ ਸਾਹਿਬ ਦਿੱਲੀ ਦੇ ਵਿੱਚ ਤੁਹਾਡਾ ਸੋਹਣਾ ਸਾਹਿਬ ਹੋਇਆ, ਇਹਦਾ ਮਤਲਬ ਇਹ ਪ੍ਰਗੀ ਇਹ ਪਲੀਜ਼ ਬੜਾ ਸਰ। ਦੇਖੋ ਦੇਖੋ, ਕਾਸ਼ ਮੈਂ ਕੋ ਪੈਨਲਿਸਟ ਦੀ ਗੱਲ ਨਾਲ ਸਹਿਮਤ ਆ, ਪੰਜਾਬ ਦੇ ਲੋਕੀ ਸਿਆਣੇ ਹੋ ਗਏ ਨੇ, ਕਿਉਂਕਿ ਅਸੀਂ ਇਸ਼ੂ ਓਰੀਐਂਟਡ ਪੋਲਿਟਿਕਸ ਕੀਤੀ ਆ, ਅਸੀਂ ਪਾਣੀ ਦੇ ਮੁੱਦੇ ਉਠਾਏ, ਜਵਾਨੀ ਦੇ ਮੁੱਦੇ ਉਠਾਏ, ਕਿਸਾਨੀ ਦੇ ਮੁੱਦੇ ਉਠਾਏ, ਕੈਂਸਰ ਦੇ ਮੁੱਦੇ ਉਠਾਏ। ਹਾਂ, ਅਸੀਂ ਛੱਤਾਂ ਤੇ ਚੜ ਕੇ ਨਹੀਂ ਨੱਚੇ, ਅਸੀਂ ਗੰਦੇ ਗੀਤਾਂ ਤੇ ਨਹੀਂ ਨੱਚੇ। ਮੈਨੂੰ ਲੱਗਦਾ ਪੰਜਾਬ ਦਾ ਵੋਟਰ ਸਿਆਣਾ ਹੋ ਗਿਆ ਵਾ, ਜਿਹੜੇ ਰਿਜ਼ਲਟ ਸਾਡੇ ਜਿੱਥੋਂ ਤੱਕ ਵਿੱਚ ਨਾ ਆਓ, ਵਿੱਚ ਨਾ ਆਓ, ਵਿੱਚ ਨਾ ਆਓ, ਸਟਾਇਰ ਨਾਲ ਕਹਿ ਰਹੇ ਆ, ਵਿੱਚ ਨਾ ਕਹੋ, ਸੁਣੋ ਸੁਣੋ, ਜਿੱਥੋਂ ਤੱਕ ਗੱਲ ਹੈਗੀ ਆ ਇਸ ਇਲੈਕਸ਼ਨ ਦੀ, ਆਉਣ ਵਾਲੀ 22 ਦੀ ਇਲੈਕਸ਼ਨ ਦਾ, ਇਹਦਾ ਕੋਈ ਨੇੜੇ ਤੇੜੇ ਦਾ ਵਾਸਤਾ ਨਹੀਂਗਾ। 3 ਸਟੇਟਾਂ ਕਾਂਗਰਸ ਨੇ ਕਲੀਨ ਸਵੀਪ ਨਾਲ ਜਿੱਤੀਆਂ ਸੀ, ਰਾਜਸਥਾਨ ਤੇ ਭੋਪਾਲ, ਅੱਜ ਉੱਥੇ ਉਹਨਾਂ ਦੀ ਇੱਕ ਸੀਟ ਵੀ ਹੈ ਨਹੀਂ ਪੰਜਾਬ ਦੇ ਵਿੱਚ। ਮੈਂ ਹੈਰਾਨ ਹਾਂ, 10% ਸੋਲੀ PDA ਵੋਟ ਲੈਣ ਵਾਲੇ ਨੂੰ ਤੀਜੀ ਧਿਰ ਨਹੀਂ ਤੁਸੀਂ ਮੰਨ ਰਹੇ, 7% ਵਾਲਾ ਕਹਿੰਦਾ ਮੇਰੇ ਕੋਲ ਤੀਜੀ ਧਿਰ ਆ। KP ਸਿੰਘ ਜੀ, PDA ਚੰਗਾ ਤੀਜਾ ਅਲਟਰਨੇਟਿਵ ਫਰੰਟ ਬਣ ਕੇ ਉੱਭਰ ਰਿਹਾ ਵਾ, 15% ਅਸੀਂ ਟੋਟਲ ਵੋਟ ਲਈ ਆ, ਆਉਣ ਵਾਲੇ ਦਿਨਾਂ 'ਚ ਅਸੀਂ 4% ਬਸਪਾ, 4% ਵਿੱਚ ਨਾ, 4% ਬਸਪਾ, 10% ਸਮਥਿੰਗ PDA ਅਸੀਂ ਆ, ਜਿਹਦੇ ਵਿੱਚ ਗਾਂਧੀ ਸਾਹਿਬ ਆ, ਬੈਂਸ ਸਾਹਿਬ ਆ, ਖਹਿਰਾ ਸਾਹਿਬ ਆ ਤੇ ਦੂਜੇ ਕਾਮਰੇਡ ਆ। ਤੇ ਜਿੱਥੋਂ ਤੱਕ ਗੱਲ ਹੈਗੀ ਆ ਆਉਣ ਵਾਲੇ ਦਿਨਾਂ ਦੀ, ਕੋਲੀਸ਼ਨ ਦੀ, ਇਕੱਠੇ ਹੋਣ ਦੀ, ਪੰਜਾਬ ਦੇ ਹਿੱਤਾਂ ਦੀ, ਜਿਹੜਾ ਵੀ ਗੱਲ ਕਰੂਗਾ ਅਸੀਂ ਬਾਹਾਂ ਫਸਾਰ ਕੇ ਉਹਦਾ ਸਵਾਗਤ ਕਰਾਂਗੇ। ਜੇ ਉਹਨਾਂ ਨੇ ਜੇ ਕੋਲੀਸ਼ਨ ਨੇ ਜੇ ਕੋਲੀਸ਼ਨ, ਇੱਕ ਮਿੰਟ ਪਲੀਜ਼, ਇੱਕ ਮਿੰਟ ਪਲੀਜ਼, ਇੱਕ ਮਿੰਟ ਸਿਗੜਾ ਸਾਹਿਬ, ਸਾਡੇ PDA ਦੇ ਪਾਰਟਨਰ ਸੀ ਉਹ, PDA ਦੇ ਪਾਰਟਨਰ ਸੀ, ਤੁਸੀਂ ਜੱਜ ਕਾਲੜਾ ਨਹੀਂ, ਹਿਊਮਨ ਰਾਈਟਸ ਦੀ ਵੋਟ, ਸਾਡੇ PDA ਦੇ ਸਾਡੇ ਕੈਂਡੀਡੇਟ ਸੀ ਉਹ। ਇੱਕ ਵਾਰ ਬਸੰਗੜਾ ਸਾਹਿਬ, ਫਿਰ ਆਪਾਂ ਐਂ ਕਰਕੇ ਦੇਖੀਓ ਕਿ ਮਾਨਸਾ ਦੀ ਵੋਟ ਆ ਵੀ ਸੀ ਆਮ ਆਦਮੀ ਪਾਰਟੀ ਨੂੰ ਪਈ ਨਹੀਂ, ਫਿਰ ਆਪਾਂ ਐਸੇ, ਫਿਰ ਬਾਕੀ ਥਾਵਾਂ ਤੇ 12 ਥਾਵਾਂ ਤੇ ਜਮਾਨਤਾਂ ਜਬਤਾਂ ਦੀ 12 ਤੇ ਨਹੀਂ, ਉਧਰ ਨਾਲ 7 ਤੋਂ ਵੀ ਜੋੜ ਬਸੰਗੜਾ ਜੀ, ਇਹ ਕੋਲੀਸ਼ਨ ਨੇ ਕਿਹਾ, ਇਹ ਪਲੀਜ਼ ਸੰਗੜਾ ਸਾਹਿਬ, ਇਹ ਕੋਲੀਸ਼ਨ ਨੇ ਕਿਹਾ ਕਿ ਖਹਿਰਾ ਸਾਹਿਬ ਦੀ ਅਗਵਾਈ ਨਹੀਂ ਚਾਹੀਦੀ ਸਾਨੂੰ। ਖਹਿਰਾ ਸਾਹਿਬ ਤਾਂ ਆਪ ਕਹਿ ਚੁੱਕੇ ਆ, ਪੰਜਾਬ ਦੇ ਲਾਰਜਰ ਇੰਟਰਸਟ ਲਈ ਮੈਂ ਕੋਈ ਪਦ ਨਹੀਂ ਲਊਂਗਾ, ਕੋਈ ਅਹੁਦਾ ਨਹੀਂ ਲਊਂਗਾ, ਕਿਸੇ ਚੀਜ਼ ਦਾ ਦਾਅਵੇਦਾਰ ਨਹੀਂ, ਪਰ ਪੰਜਾਬ ਦੇ ਜਿਹੜੇ ਇਸ਼ੂ ਖਹਿਰਾ ਸਾਹਿਬ ਨੇ ਹਟਾਇਆ ਉਠਾਏ ਆ ਬਠਿੰਡਾ ਕੌਂਸਟੀਟਿਊਂਸੀ ਦੇ ਵਿੱਚ, ਉਹਨਾਂ ਨੂੰ ਤੁਸੀਂ ਮਿਊਟਲੀ ਦੇਖੋ, ਵਾਕਿਆ ਹੀ ਉਹ ਦਰਦ ਨੇ ਪੰਜਾਬ ਦੇ। ਖਹਿਰਾ ਸਾਹਿਬ ਕਹਿੰਦੇ ਆ ਆ ਜਾਓ ਪੰਜਾਬ ਲਈ ਲੜੀਏ, ਪੰਜਾਬੀਅਤ ਲਈ ਲੜੀਏ। ਤਾਰੇ ਸਾਹਿਬ ਲਾਸਟ ਮਿੰਟ, ਲਾਸਟ ਨਾਂ ਤੇ ਲੜੀਏ, ਸਾਨੂੰ ਪੰਜਾਬੀ ਤਾਰੇ, ਇੱਕ ਮਿੰਟ ਪਲੀਜ਼, ਸਾਨੂੰ ਵੀ ਬੋਲਣ ਦਿਓ ਤਾਰੇ ਸਾਹਿਬ, ਲਾਸਟ ਮਿੰਟ, ਇੱਕ ਮਿੰਟ। ਪੰਜਾਬ ਦੇ ਨਾਂ ਤੇ ਤੁਸੀਂ NRI ਅਫੇਅਰ ਦੇ ਇੰਚਾਰਜ ਸੀ, ਤੁਸੀਂ ਹਿਸਾਬ ਦੇ ਦਿਓ ਜਿਹੜਾ ਪੈਸਾ NRI ਦਾ ਤੁਹਾਡੇ ਕੋਲੇ ਆਇਆ ਸੀ, ਸਾਰਾ ਇੱਧਰ ਉੱਧਰ ਹੋ ਗਿਆ। ਤੁਸੀਂ ਅੱਜ ਤੱਕ ਪ੍ਰੈਸ ਕਾਨਫਰੰਸ ਕਰਕੇ ਐਲੀਗੇਸ਼ਨ ਲਿਖੇ ਤੁਹਾਡੀ ਪਾਰਟੀ ਦੇ, ਤੁਸੀਂ NRI ਦੇ ਇੰਚਾਰਜ ਸੀ, ਤੁਸੀਂ ਦੇ ਸਕੇ ਹੋ ਪੰਜਾਬ ਦੇ ਨਾਂ ਤੇ ਜਿਹੜੀ ਠੱਗੀ ਤੁਸੀਂ ਮਾਰੀ ਆ, ਕਿਸੇ ਨੇ ਨਹੀਂ ਮਾਰੀ। ਕੈਮਰਾ ਕਰੋ, ਦੱਸੋ ਕਿੱਦਣ ਸਾਹਿਬ, ਅਸੀਂ ਇਕੱਠੇ ਹੋਣ ਦੀ ਗੱਲ ਕਰਦੇ ਹਾਂ, ਤੁਸੀਂ ਫੇਰ ਹੋਈ ਤੁਹਾਡੇ ਦਿਲਾਂ ਦੇ ਵਿੱਚ, ਆਪ ਦਬੋ, ਆਪ ਦਬੋ, ਸਾਰੇ ਸਾਰੇ ਲੋਕੀ ਕਹਿੰਦੇ ਆ NRI ਦਾ ਪੈਸਾ ਤੁਸੀਂ NRI ਫੇਰ ਦੇ ਜਾਂਦੇ ਸੀ, ਤੁਸੀਂ ਆਪ ਸਾਫ ਦਬੋ ਕੈਮਰੇ ਬੁੜੇ ਦੇ ਮਰਜ਼ੀ, ਇੱਕ ਮਿੰਟ ਬੁੜੇ ਦੇ ਬਰਾਗੀ, ਬੁੜੇ ਦੇ ਬਰਾਗੀ, ਇੱਕ ਮਿੰਟ ਸਾਹਿਬ, ਗੱਲ ਨਹੀਂ ਕੋਈ ਬਾਤ, ਬੁੜੇ ਦੇ ਬਰਾਗੀ, ਝੂਠ ਬੋਲ ਬੁੜੇ ਦੇ ਬਰਾਗੀ, ਲੋਕਾਂ ਨੇ ਨਕਾਰ ਤਾਂ ਤੁਹਾਨੂੰ ਦੱਸ ਦਿਆ ਸਾਡੇ ਨੋਟਾਂ 'ਚ ਨਹੀਂ, ਬੁੜੇ ਦੇ ਬਰਾਗੀ, ਬੁੱਢਾ ਸਿੰਘ ਬਰਾਗੀ, ਬੁੱਢਾ ਸਿੰਘ ਬਰਾਗੀ, ਇੱਕ ਮਿੰਟ, ਬੁੱਢਾ ਸਿੰਘ ਬਰਾਗੀ, ਸਿੰਪਲ ਜਿਹਾ ਜਵਾਬ ਦਿਓ ਜੀ ਸਰ, ਇਹ ਤੁਸੀਂ ਜਗਤਾਰ ਸਿੰਘ ਸੰਘੇੜਾ ਤੇ ਨਿੱਜੀ ਇਲਜ਼ਾਮ ਲਾ ਰਹੇ ਹੋ ਜਾਂ ਪਾਰਟੀ ਤੇ ਲਾ ਰਹੇ ਹੋ? ਇਹਨਾਂ ਦੀ ਮੈਂ ਚੇਅਰ ਨੂੰ ਐਡਰੈਸ ਕਰ ਰਿਹਾ, ਇਹ NRI ਅਫੇਅਰ ਦੇ ਇੰਚਾਰਜ ਸੀ, ਆਮ ਆਦਮੀ ਪਾਰਟੀ ਦੇ,
मैं एनआरआई सेल का जरा कह रहा सी, वो नहीं सका, मैं एनआरआई सेल का प्रधान सी, मैनू सारा कुछ पता की होया, पर थोड़ी आ चिक्कड़ उछाली नाल नहीं इथे कुछ हो जाना। ਤੁਸੀਂ ਦੱਸੋ ਨਾ ਪਬਲਿਕ ਡਿਬੇਟ ਹੋ ਰਹੀ ਆ ਇਹਨਾਂ ਤੁਸੀਂ ਗੱਲ ਕਰੋ ਬਰਾਗੀ ਸਾਹਿਬ ਤੁਹਾਡਾ ਪੁਆਇੰਟ ਆ ਗਿਆ ਇਹ ਆਮ ਆਦਮੀ ਪਾਰਟੀ ਤੇ ਪੰਜਾਬ ਇਕਤਾ ਪਾਰਟੀ ਡਿਬੇਟ ਨਹੀਂ ਹੈਗੀ। ਬਤਾਰਨੀ ਸਾਹਿਬ ਲਾਸਟ ਕਮੈਂਟ ਤੁਹਾਡੇ, ਜਦੋਂ ਗੱਲ ਨਹੀਂ ਆਉਂਦੀ ਲਾਸਟ ਕਮੈਂਟ ਇਹ ਆ ਜੀ ਕਿ ਜਿਹੜੇ ਪੀਡੀਏ ਵਾਲੇ ਆਪਣੇ ਆਪ ਨੂੰ ਗੱਲ ਕਰ ਰਹੇ ਹੈਗੇ ਆ, ਬੀਐਸਪੀ ਦੀ ਆਪਣੀ ਵੋਟ ਹੈ, ਇਹਨਾਂ ਦੀ ਬੈਂਸ ਬ੍ਰਦਰਸ ਦੀ ਆਪਣੀ ਵੋਟ ਹੈ, ਗਾਂਧੀ ਜੀ ਦੀ ਆਪਣੀ ਵੋਟ ਹੈ, ਇਹਨਾਂ ਦੇ ਪੱਲੇ ਹੀ ਕੁਛ ਨਹੀਂ ਇਹਨਾਂ ਦਾ। ਜਿਹੜਾ ਉਹ ਬੋਲਤਾ ਲੈਣ ਦਿਓ, ਤੁਸੀਂ ਹਟਦੇ ਨਹੀਂ ਯਾਰ, ਤੁਹਾਡਾ ਪ੍ਰਧਾਨ ਹੈ ਜਿਹੜਾ, ਉਹਦੀ ਬਰਾਗੀ ਸਾਹਿਬ ਕਿਸੇ ਨੂੰ ਵੀ ਬੋਲਣ ਦਿਓ, ਅਸੀਂ ਵੀ ਆਏ ਹਾਂ। ਬਰਾਗੀ ਸਾਹਿਬ ਤੁਸੀਂ ਬੋਲੀ, ਤੁਹਾਡਾ ਜਿਹੜਾ ਸੱਚੀ ਦੱਸੋ ਨਾ, ਸਵਾਲ ਇਹ ਹੈ ਵੀ ਤੁਹਾਡਾ ਪ੍ਰਧਾਨ ਜਿਹੜਾ ਸਟੇਜ ਤੇ ਲੱਗਿਆ ਵਾ ਸੀ, ਉਹਦੀ ਦੱਸ ਦਿਓ ਕਿੰਨੇ ਪਰਸੈਂਟ ਵੋਟ ਹੈ, ਪਹਿਲੀ ਗੱਲ। ਦੂਜੀ ਗੱਲ, ਜਿਹੜੀ ਆਮ ਆਦਮੀ ਪਾਰਟੀ ਦੀ ਗੱਲ ਤੁਸੀਂ ਕਰ ਰਹੇ ਹੈਗੇ ਆ, ਇੱਕ ਚੈਨਲ ਦੇ ਉੱਤੇ ਆ ਕੇ ਉਹਨਾਂ ਨੇ ਇੱਕ ਡਿਬੇਟ ਦੇ ਆਪਣਾ ਇੰਟਰਵਿਊ ਦੇ ਵਿੱਚ ਇਹ ਗੱਲ ਕਹਿਤੀ ਹੈ ਕਿ ਆਮ ਆਦਮੀ ਪਾਰਟੀ ਮੀਨਸ ਭਗਵੰਤ ਸਿੰਘ, ਭਗਵੰਤ ਮਾਨ, ਭਗਵੰਤ ਮੀਨ ਮਾਨ ਮੀਨਸ ਡਿਬੇਟ ਵਿੱਚ ਆ ਨਹੀਂ ਰਹੀ ਅੱਜ ਕੱਲ। ਦੇਖੋ, ਇੱਕ ਤੇ ਹੈ ਕਿ ਜਿਹੜਾ ਅਕਾਲੀ ਦਲ ਆ ਉਹਨਾਂ ਨੂੰ ਤੁਰੰਤ ਸਮਝ ਲੈਣਾ ਚਾਹੀਦਾ ਕਿ ਜਿਸ ਢੰਗ ਨਾਲ ਮੈਂ ਬੜੀ ਵਾਰੀ ਡਿਬੇਟਾਂ 'ਚ ਕਹਿ ਰਿਹਾ ਕਿ ਉਹ ਆਪਣੇ ਆਪ ਨੂੰ ਬਿਲਕੁਲ ਅਲੱਗ ਨਹੀਂ ਸਮਝਦੇ ਬੀਜੇਪੀ ਨੂੰ, ਉਹਦਾ 9 ਮਾਸ ਦੇ ਰਿਸ਼ਤੇ ਵਾਲੀ ਜਿਹੜੀ ਆਈਡੀਆਲੋਜੀ ਆ ਇਹਨਾਂ ਨੂੰ ਬਹੁਤ ਖਤਮ ਕਰਨ ਵੱਲ ਲੈ ਜੂਗੀ। ਇਸ ਵੇਲੇ ਅਕਾਲੀ ਦਲ ਦਾ ਜਿਹੜਾ ਰਵਾਇਤੀ ਉਹਦਾ ਬੇਸ ਸੀ, ਆਧਾਰ ਸੀਗਾ, ਉਹ ਬੜਾ ਕੁਐਸਚਨੇਬਲ ਹੋ ਗਿਆ ਆ। ਇਸ ਕਰਕੇ ਜੇ ਕੋਈ ਵੀ ਹੋਰ ਧਿਰ ਥੋੜ੍ਹੀ ਜਿਹੀ ਸਟਰੋਂਗ ਧਿਰ ਉੱਠ ਪਏ ਤਾਂ ਉਹ ਬਿਲਕੁਲ ਅਲੱਗ ਕਰ ਦੂਗੀ। ਇਹ ਗੱਲ ਬੇਸ ਪਈ ਆ, ਹਜੇ ਬਹੁਤ ਪਈ ਆ, ਬੇਸ ਹਜੇ ਹੈਗੀ ਹੈ, ਪਰ ਉਹ ਉਹਨਾਂ ਨੂੰ ਕੋਈ ਪਾਏਦਾਰ ਅਲਟਰਨੇਟਿਵ ਲੱਭਦਾ ਨਹੀਂ। ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਬ੍ਰਹਮਪੁਰਾ ਹੁਣ ਵਿਕਲਪ ਨਹੀਂ ਦੇ ਪਾਏ, ਨਾ ਉਹ ਗਾਂ ਬਹੁਤਾ ਕੋਈ ਬਹੁਤੀ ਉਮੀਦ ਲੱਗਦੀ ਹੈ। ਬੁਰਾ ਨਾ ਮਨਾਇਓ, ਇਹ ਤਾਂ ਸਗੋਂ ਵਿੱਚ ਰਹਿ ਕੇ ਲੜੀ ਜਾਂਦੇ ਤਾਂ ਜ਼ਿਆਦਾ ਠੀਕ ਰਹਿਣਾ ਸੀ। ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦਾ, ਖਹਿਰਾ ਸਾਹਿਬ ਨੂੰ ਕੀ ਪਾਇਆ ਕੀ ਖੱਟਿਆ, ਹੁਣ ਉਹ ਕਹਿੰਦੇ ਇਕੱਠੇ ਹੋ ਜਾਓ। ਜਿੱਦਣ ਲੋੜ ਸੀ ਇੱਕ ਪਾਰਟੀ ਬਣਾਉਣ ਦੀ, ਅਸੀਂ ਕਹਿੰਦੇ ਸੀ ਕਿ ਤੁਸੀਂ ਉਦਣ ਹੀ ਇੱਕ ਪਾਰਟੀ ਬਣਾ ਲਓ, ਉਦਣ ਤਾਂ ਸਾਰਿਆਂ ਨੇ ਆਪੋ ਆਪਣੀਆਂ ਪਾਰਟੀਆਂ ਬਣਾ ਕੇ ਪ੍ਰਧਾਨ ਬਣ ਕੇ ਬਹਿ ਗਏ, ਜਿਹੜਾ ਇੱਕ ਬੰਦਾ ਸੀ ਉਹਨੇ ਵੀ ਆਪਣੀ ਇੱਕ ਪਾਰਟੀ ਬਣਾ ਲਈ। ਇਸ ਕਰਕੇ ਹੁਣ ਜਦੋਂ ਚਿੜੀਆਂ ਚੋਗੀ ਖੇਤ ਵਾਲੀ ਗੱਲ ਹੈ, ਹੁਣ ਤੁਸੀਂ ਕਹਿੰਦੇ ਹੁਣ ਅਸੀਂ ਇੱਕ ਪਾਰਟੀ, ਇੱਕ ਮਿੰਟ। ਇਸ ਕਰਕੇ ਅਜੇ ਵੀ ਸੀਰੀਅਸਲੀ ਸੋਚੋ, ਜਗ੍ਹਾ ਹੈਗੀ ਆ ਪੰਜਾਬ ਨੂੰ ਸਾਂਭਣ ਦੀ। ਅਕਾਲੀ ਦਲ ਨੂੰ ਵੀ ਜਿਹੜੀ ਹੈ, ਮੈਂ ਤਾਂ ਕਹਿੰਦਾ ਕਿ ਰੀਜਨਲ ਪਾਰਟੀ ਆ, ਵੈਸੇ ਹੀ ਖੋਰਾ ਲੱਗਣਾ ਰੀਜਨਲ ਪਾਰਟੀਆਂ ਨੂੰ, ਜੋ ਐਡਾ ਵੱਡੀ ਇੱਕ ਪਾਰਟੀ ਤੁਹਾਡੇ ਸਾਹਮਣੇ ਖੜੀ ਹੋ ਗਈ ਹੈ, ਔਰ ਇਹ ਆਪਣਾ ਕ੍ਰਿਟੀਕਲ ਡਿਸਟੈਂਸ ਬਣਾਉਣ ਬੀਜੇਪੀ ਨਾਲੋਂ, ਨਾ ਕਿ ਉਹਦਾ 24 ਘੰਟੇ ਕੀਰਤਨ ਕਰਨ। ਇਹ ਕੋਈ ਬਹੁਤਾ ਚੰਗੀ ਅਕਾਲੀ ਦਲ ਦੀ ਗੱਲ ਬਹੁਤ ਆਉਣਾ। ਪ੍ਰਸਮਜੀਤ ਸਿੰਘ ਤੁਹਾਡਾ, ਤਾਰਨੀ ਸਾਹਿਬ ਤੁਹਾਡਾ, ਸੰਗੜਾ ਸਾਹਿਬ ਤੁਹਾਡਾ ਬਹੁਤ ਆਉਣਾ, ਅਤੇ ਬੈਰਾਗੀ ਸਾਹਿਬ ਤੁਹਾਡਾ ਬਹੁਤ ਧੰਨਵਾਦ, ਅਤੇ ਪੀਰ ਉਮਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਪੰਜਾਬ ਲਈ ਨਤੀਜਾ ਨਿਚੋੜ ਕੀ ਹੈਗਾ ਇਸ ਡਿਬੇਟ ਵਿੱਚ ਤੁਸੀਂ ਦੇਖ ਲਿਆ ਹੈਗਾ, ਜਿਹੜੇ ਗੱਠਜੋੜ ਹੋਏ ਸੀਗੇ, ਗੱਠਜੋੜ ਦੇ ਵਿੱਚ ਤਰੇੜਾਂ ਹੈਗੀਆਂ, ਗੱਠਜੋੜ ਦੀ ਅਗਵਾਈ ਕੌਣ ਕਰੇਗਾ, ਇਹ ਵੀ ਸਵਾਲ ਹੈਗਾ। ਸਵਾਲ 2022 ਦਾ ਆ ਗਿਆ, ਭਵਿੱਖ ਕੀ ਹੋਵੇਗਾ, ਨਿਚੋੜ ਆ ਜਿਹੜਾ ਨਿਕਲ ਚੁੱਕਿਆ, ਖੇਤਰੀ ਪਾਰਟੀਆਂ ਨੂੰ ਖੁਰਾ ਲੱਗ ਰਿਹਾ ਹੈਗਾ। ਜੇ ਖੇਤਰੀ ਪਾਰਟੀਆਂ ਨੇ ਆਪਣੇ ਵਜੂਦ ਨੂੰ ਕਾਇਮ ਰੱਖਣਾ, ਪੰਜਾਬ ਪੰਜਾਬੀਅਤ ਦੇ ਮੁੱਦੇ ਉਹਨਾਂ ਨੂੰ ਚੱਕਣੇ ਪੈਣਗੇ, ਜੇ ਉਹਨਾਂ ਨੇ ਆਪਦੇ ਆਪਦੇ ਮੁੱਦੇ ਚੁੱਕੇ, ਆਪਦੇ ਚਿਹਰੇ ਅੱਗੇ ਰੱਖੇ, ਤਾਂ ਫਿਰ ਨਿਚੋੜ ਇਹੀ ਨਿਕਲੇਗਾ ਕਿ ਚਿਹਰੇ ਹਾਵੀ ਹੋ ਗਏ, ਜਿਹੜੇ ਪੰਜਾਬ ਦੇ ਮੁੱਦੇ ਆ ਉਹ ਡਾਊਨ ਹੋ ਗਏ। 2022 ਅੱਗੇ ਦੇਖਦਾ ਪਿਆਗਾ, 2022 ਵਿੱਚ ਕੀ ਕੀਤਾ ਜਾਵੇਗਾ, ਸਾਲ ਬੜੇ ਪਏ ਆ, ਪਏ ਇਹਨਾਂ ਸਾਲਾਂ ਦੇ ਵਿੱਚ ਸਵਾਲ ਵੀ ਬੜੇ ਪਏ ਆ, ਅਤੇ ਸਵਾਲ ਅਸੀਂ ਲਗਾਤਾਰ ਪੁੱਛਦੇ ਰਹਾਂਗੇ। ਬਹੁਤ ਧੰਨਵਾਦ।